ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤਾਂ ਦੇ ਮਾਲਕ, ਬਖਸ਼ੰਦ ਪਿਤਾ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਵਕਤ ਨੂੰ ਸਫਲਾ ਬਣਾ ਰਹੇ ਹੋ। ਹਰ ਰੋਜ਼ ਸਤਿਗੁਰਾਂ ਦੀ ਪਾਵਨ ਜੀਵਨ ਕਥਾ ਜਿਸ ਨੂੰ ਆਪ ਜੀ ਲੜੀ ਰੂਪ ਵਿੱਚ ਸਰਵਣ ਕਰਦੇ ਹੋ, ਚੱਲ ਰਹੇ ਪ੍ਰਸੰਗਾਂ ਵਿੱਚੋਂ ਸਰਵਣ ਕੀਤਾ, ਜਦੋਂ ਭਾਈ ਗੁਰਦਾਸ ਬੀਬੀ ਭਾਨੀ ਜੀਆਂ ਦੇ ਕੋਲ ਆਏ ਨੇ, ਗੁਰੂ ਘਰ ਦੇ ਹਾਲਾਤਾਂ ਨੂੰ ਵੇਖ ਮਨ ਭਾਵੁਕ ਹੋ ਗਿਆ। ਸਮਝ ਨਹੀਂ ਆਉਂਦਾ ਕਿ ਵਰਤਾਰਾ ਵਰਤਿਆ ਕਿਉਂ। ਬੜੇ ਅਦਬ ਦੇ ਨਾਲ ਆਪਣੀ ਭੈਣ ਜੀ ਦੇ ਕੋਲ ਬੈਠ ਰੋਸਾ ਜ਼ਾਹਰ ਕਰਦੇ ਨੇ। ਇੰਨੇ ਦਿਨਾਂ ਬਾਅਦ ਚੱਲ ਕੇ ਅਸੀਂ ਆਏ, ਕੋਈ ਪ੍ਰਾਹੁਣਚਾਰੀ ਨਹੀਂ, ਛੋਲਿਆਂ ਦੀ ਰੋਟੀ ਹੱਥ ਰੱਖ ਦਿੱਤੀ, ਆਪ ਵੀ ਉਹ ਖਾ ਰਹੇ ਹੋ, ਸਾਨੂੰ ਵੀ ਉਹ ਹੀ ਛਕਾ ਰਹੇ। ਸੁੱਖ ਸਾਂਦ ਦੋਨੇ ਪੱਖਾਂ ਤੋਂ ਹੋਈ। ਭਾਈ ਗੁਰਦਾਸ ਥੋੜੇ ਜੇ ਭਾਵੁਕਤਾ ਦੇ ਰੂਪ ਵਿੱਚ ਆ ਕੇ ਬਾਰ ਬਾਰ ਪੁੱਛਣਾ ਚਾਹੁੰਦੇ ਨੇ, ਐਸਾ ਕੀ ਹੋਇਆ? ਮੈਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਵੀ ਰੁੱਖਾਂ ਵਿੱਚ ਸਭ ਭੋਜਨ ਛੱਕਦੇ ਵੇਖਿਆ, ਜਿਸ ਦਰ ਤੇ ਲੱਖਾਂ ਸੰਗਤਾਂ ਆਉਂਦੀਆਂ ਨੇ, ਲੱਖਾਂ ਦਾ ਚੜਾਵਾ ਚੜਦਾ ਹੈ, ਰੋਟੀ ਕਿਉਂ ਨਹੀਂ ਪੱਕਦੀ? ਬੜੇ ਅਦਭੁਤ ਸਹਿਤ ਆਪਾਂ ਸਾਰਿਆਂ ਨੇ ਇਹਨਾਂ ਪ੍ਰਕਰਨਾਂ ਦਾ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਵਿਅਕਤੀਆਂ ਨੂੰ ਇਕਾਗਰ ਚਿੱਤ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਬਖਸ਼ਵਾਸੀ ਸਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਉ ਪਰੋਹਨ ਚਾਏ ਆਏ
ਇਸ ਕੋ ਢੋ ਦੇਹੁ ਨੀਕੇ ਖਵਾਈ। ਗੁਰੂ ਘਰ ਦੇ ਵੇਦ ਵਿਆਸ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮਾਮਾ ਜੀ ਭਾਈ ਗੁਰਦਾਸ ਜੀ ਆਪਣੀ ਭੈਣ ਬੀਬੀ ਭਾਨੀ ਜੀ ਨੂੰ ਆਖਣ ਲੱਗੇ, ਤੁਹਾਡਾ ਨਾਤਾ ਗੁਰੂ ਰਾਮਦਾਸ ਪਾਤਸ਼ਾਹ ਨਾਲ ਜੁੜਿਆ, ਤੁਸੀਂ ਸਾਡੀ ਮਾਤਾ ਦੀ ਥਾਂ ਵੇ ਲੱਗਦੇ ਹੋ, ਰੁਤਬੇ ਚ ਵੱਡੇ, ਫਿਰ ਵੀ ਤੁਹਾਡਾ ਫਰਜ਼ ਬਣਦਾ ਜਦ ਕੋਈ ਸਾਥ ਸੰਬੰਧੀ ਆਉਂਦਾ ਹੈ ਉਹਦੀ ਪ੍ਰਾਹੁਣਚਾਰੀ ਕਰਨਾ ਤੇ ਤੁਹਾਡਾ ਫਰਜ਼ ਹੈ ਨਾ। ਬਹੁਤਾ ਕੁਛ ਨਹੀਂ ਮੰਗਦੇ, ਫੁਲਕੇ ਦੇ ਨਾਲ ਇੱਕ ਦਾਲ ਹੀ ਹੋਵੇ, ਇੱਕ ਸਬਜ਼ੀ ਤੇ ਹੋਵੇ। ਕੀ ਤੁਸੀਂ ਹੁਣ ਪ੍ਰਾਹੁਣਚਾਰੀ ਵੀ ਛੱਡ ਦਿੱਤੀ? ਜਿਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਈਆਂ ਸੰਗਤਾਂ ਨੂੰ ਵੀ 36 ਪ੍ਰਕਾਰ ਦੇ ਭੋਜਨ ਮਿਲਦੇ, ਉੱਥੇ ਪ੍ਰਾਹੁਣਚਾਰੀ ਤੁਸੀਂ ਖਤਮ ਕਰ ਦਿੱਤੀ। ਸੁੱਕਾ ਭੋਜਨ ਹੱਥ ਫੜਾਇਆ ਕੈ ਮਮ ਸਮ ਸਭ ਕੋ ਸੰਗ ਕਰੋ, ਅਸ ਆਹਾਰ ਕੋ ਅੱਗੇ ਧਰੋ। ਕਹਿੰਦੇ ਭੈਣ ਜੀ ਐਸਾ ਤੇ ਨਹੀਂ, ਤੁਸੀਂ ਸਾਨੂੰ ਹੋਰ ਦੇ ਵਾਂਗ ਹੀ ਸਮਝ ਲਿਆ ਹੋਵੇ ਵੀ ਜੇ ਆਮ ਲੋਕਾਂ ਨੂੰ ਆਮ ਸਿੱਖਾਂ ਨੂੰ ਤੁਸੀਂ ਸੁੱਕਾ ਭੋਜਨ ਦਿੰਦੇ ਹੋ, ਭਰਾ ਵੀ ਉਦਾਂ ਹੀ ਸਹੀ, ਜਾਂ ਤੁਸੀਂ ਇਹ ਚਾਹੁੰਦੇ ਹੀ ਨਹੀਂ ਵੀ ਅਸੀਂ ਕਦੇ ਤੁਹਾਡੇ ਘਰੇ ਆਈਏ। ਆਖੋ ਸਤਿਨਾਮ। ਆਹ ਤੁਹਾਡੀ ਜਿਹੜੀ ਬੇਰੁਖੀ ਹੈ ਨਾ, ਸੁੱਕਾ ਪ੍ਰਸ਼ਾਦਾ ਹੱਥ ਫੜਾ ਦੇਣਾ ਅਚਾਰ ਰੱਖ ਕੇ, ਇਹ ਤੇ ਇਹੀ ਕਹਿੰਦਾ ਵੀ ਤੁਸੀਂ ਆਪਣੇ ਪ੍ਰਾਹੁਣਿਆਂ ਤੋਂ ਪਰਿਵਾਰ ਦੇ ਮੈਂਬਰਾਂ ਤੋਂ ਅੱਕ ਚੁੱਕੇ ਹੋ। ਸ੍ਰੀ ਗੁਰ ਅਮਰਦਾਸ ਕੀ ਤਨਿਆ ਸੁਣ ਕਰ ਭਾਨੇ ਬਾਨੀ ਭਣੀਆ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨੇ ਸੁਣਿਆ, ਬੜੀ ਕੋਸ਼ਿਸ਼ ਕਰਦੇ ਸੀ ਨਾ ਕੋਈ ਗੱਲ ਕਰੀਏ, ਕਿਉਂਕਿ ਰੱਬ ਰੱਤੀਆਂ ਰੂਹਾਂ ਉਹਨਾਂ ਵਿੱਚ ਸਹਿਨਸ਼ੀਲਤਾ ਬਹੁਤ ਹੁੰਦੀ ਹੈ, ਉਹ ਬੜਾ ਕੁਝ ਵੇਖ ਜਰ ਵੀ ਲੈਂਦੇ ਨੇ, ਜਰ ਕੇ ਉਹ ਪੀ ਲੈਂਦੇ ਨੇ। ਪੀਣ ਤੋਂ ਬਾਅਦ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਰੌਲਾ ਹੀ ਖਤਮ ਕਰ ਦੇਣਾ। ਜਿਹੜੇ ਰੌਲੇ ਦੇ ਮਨ ਚ ਸੰਕਲਪ ਆਉਂਦੇ ਨੇ, ਖਿਆਲ ਆਉਂਦੇ, ਆਖਣ ਲੱਗੇ ਭਰਾਤਾ ਜੀ ਐਸੀ ਕੋਈ ਗੱਲ ਨਹੀਂ, ਪ੍ਰਾਹੁਣਚਾਰੀਆਂ ਵਿੱਚ ਅਸੀਂ ਨਾ ਕਦੇ ਪਹਿਲਾਂ ਫਰਕ ਰੱਖਿਆ ਨਾ ਹੁਣ ਰੱਖਿਆ, ਜਿਹੋ ਜੀ ਗੁਰੂ ਨਾਨਕ ਦੇ ਘਰ ਦੀ ਸੰਗਤ ਹੈ ਉਹੋ ਜੇ ਪ੍ਰਾਹੁਣੇ ਹਨ। ਸੁਣੋ ਭਰਾਤ ਭੋਜਨ ਅਸਖਾਵਤ ਕਾਹੂ ਸਮੇ ਏ ਪੀ ਨਹਿ ਪਾਵਤ। ਗੱਲ ਕਹਿੰਦੇ ਕਹਿੰਦੇ ਬੀਬੀ ਭਾਨੀ ਜੀ ਇੰਨੇ ਕੁ ਭਾਵੁਕ ਹੋ ਗਏ, ਕਹਿੰਦੇ ਭਰਾ ਤੈਨੂੰ ਕੀ ਦੱਸਾਂ, ਅੱਜ ਰੋਟੀ ਮਿਲ ਗਈ ਤੁਸੀਂ ਟਿਚਰਾਂ ਕਰਦੇ ਹੋ, ਕਦੇ ਕਦੇ ਤੇ ਸਾਨੂੰ ਇਹ ਵੀ ਨਸੀਬ ਨਹੀਂ ਹੁੰਦੀ। ਆਖੋ ਸਤਿਨਾਮ। ਤੁਸੀਂ ਕਹਿੰਦੇ ਹੋ ਨਾ ਵੀ ਹੱਥਾਂ ਤੇ ਪ੍ਰਸ਼ਾਦੇ ਰੱਖ ਦਿੱਤੇ, ਬੀਬੀ ਭਾਨੀ ਆਖਣ ਲੱਗੇ ਕਹਿੰਦੇ ਬੜੀ ਵਾਰ ਬਿਨਾਂ ਰੋਟੀ ਤੋਂ ਸੁੱਤੇ, ਪਾਣੀ ਪੀ ਪੀ ਕੇ ਰਾਤਾਂ ਗੁਜ਼ਾਰੀਆਂ ਨੇ, ਸਦਨ ਪਿਤਾ ਕੇ ਪੂਜਾ ਆਏ
ਜੋ ਇੱਕ ਦਿਨ ਮੇਲੀ ਜੈ ਖਾਏ। ਇਹ ਗੱਲ ਦੁਖਦਾਈ ਕਿਉਂ ਹੈ? ਵੇਖੋ, ਕੋਈ ਮੰਗਣ ਵਾਲਾ ਬੰਦਾ ਆਖੇ ਮੈਂ ਭੁੱਖਾ ਸੁੱਤਾ, ਆਮ ਬੰਦਾ ਕਹਿੰਦਾ ਯਾਰ ਤੇਰੇ ਕਿਹੜਾ ਟਰਾਲੇ ਚੱਲਦੇ ਆ, ਉਹ ਸਕਦਾ। ਕੋਈ ਦੁਨਿਆਵੀ ਬੰਦਾ ਆਖੇ ਮੈਨੂੰ ਰੋਟੀ ਨਹੀਂ ਮਿਲੀ, ਕਹਿੰਦੇ ਹੋ ਸਕਦਾ ਨਾ ਮਿਲੀ ਹੋਵੇ, ਤੇਰਾ ਕਿਹੜਾ ਕੁਛ ਹੈਗਾ। ਪਰ ਜੱਦੀ ਪੁਸ਼ਤੀ ਜਿਨ੍ਹਾਂ ਦੇ ਕਾਰੋਬਾਰ ਹੋਣ, ਜਿਨ੍ਹਾਂ ਦਾ ਨਾਮ ਹੋਵੇ, ਗੁਰੂ ਅਮਰਦਾਸ ਪਾਤਸ਼ਾਹ ਜੀ ਜ਼ਿਮੀਦਾਰ ਪਰਿਵਾਰ ਹੈ ਸਾਰਾ ਭਲਿਆ। ਪਾਸਰ ਕੇ ਗੱਲਾਂ ਚ ਜ਼ਮੀਨ ਸੀ ਸਤਪੁਰਾਂ ਦੀ, ਚੰਗੀ ਖੇਤੀਬਾੜੀ ਹੈ, ਮੱਝਾਂ ਗਾਵਾਂ ਨੇ, ਚੰਗਾ ਕੰਮਕਾਰ ਹੈ ਜ਼ਿਮੀਦਾਰ। ਉਹਨਾਂ ਦੀ ਧੀ ਹਨ ਬੀਬੀ ਭਾਨੀ ਜੀ, ਜਿਨ੍ਹਾਂ ਨੇ ਬਚਪਨ ਤੋਂ ਲੱਸੀ ਮੱਖਣ ਦਹੀਂ ਆਮ ਛਕੇ ਛਕਾਏ ਹੋਣ। ਉਹ ਅੱਜ ਇਹ ਗੱਲ ਕਹਿੰਦੇ ਆ ਵੀ ਬੜੀ ਵਾਰ ਅਸੀਂ ਭੁੱਖੇ ਸੁੱਤੇ, ਬੜੀ ਵਾਰ ਸਾਨੂੰ ਰੋਟੀ ਵੀ ਨਸੀਬ ਨਾ ਹੋਈ, ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਇੱਕ ਦਿਨ ਵਿੱਚ ਜਿੰਨਾ ਅਨਾਜ ਤੇ ਜਿੰਨਾ ਭੋਜਨ ਆਉਂਦਾ ਸੀ, ਕਿਉਂਕਿ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਅਸੂਲਾਂ ਦੇ ਬਹੁਤ ਸਖਤ ਸਨ, ਬੜੇ ਪੱਕੇ। ਸੁਣਿਆ ਆਪ ਜੀ ਨੇ ਕਥਾ ਚ ਐਸੀ ਮਰਿਆਦਾ ਸੀ ਜੋ ਬੀਬੀ ਭਾਨੀ ਜੀ ਦੁਹਰਾ ਰਹੇ ਨੇ, ਐਸੀ ਮਰਿਆਦਾ ਵਿੱਚ ਰਹਿਣ ਵਾਲੇ ਉਹਨਾਂ ਲਈ ਕੋਈ ਦੁੱਖ ਦੁੱਖ ਨਹੀਂ ਹੁੰਦਾ, ਭੁੱਖ ਭੁੱਖ ਨਹੀਂ ਹੁੰਦੀ, ਕਿਉਂਕਿ ਜਿਹਨਾਂ ਬੜਾ ਕੁਝ ਵੇਖਿਆ। ਕਹਿੰਦੇ ਸਤਿਗੁਰਾਂ ਦੇ ਦਰ ਤੋਂ ਬਾਅਦ ਗੋਬਿੰਦਵਾਲ ਸਾਹਿਬ ਰਾਸ਼ਨ ਦੇ ਭਰੇ ਗੱਡੇ ਖੜੇ ਹੁੰਦੇ ਸੀ, ਤਿੰਨ ਤਿੰਨ ਮਹੀਨੇ, ਚਾਰ ਚਾਰ ਮਹੀਨੇ ਗੁਰੂ ਕੇ ਸਿੱਖਾਂ ਨੇ ਗੱਡਿਆਂ ਤੇ ਤਰਪਾਲਾਂ ਪਾਈਆਂ ਹੋਣੀਆਂ ਵੀ ਕਦੇ ਤੇ ਸਾਡੀ ਸੇਵਾ ਲਹੂ, ਕਦੇ ਤੇ ਵਾਰੀ ਆਊਗੀ। ਪਰ ਗੁਰੂ ਅਮਰਦਾਸ ਮਹਾਰਾਜ ਉਹਨਾਂ ਹੀ ਅਨਾਜ ਲੈਂਦੇ ਸੀ ਜਿੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਸਕੇ, ਇੱਕ ਦਾਣਾ ਵੀ ਰਾਈ ਜਿੰਨਾ ਵੱਧ ਰੱਖਦੇ ਨਹੀਂ। ਸੰਜਮ ਭੁੱਖਣ ਬਸਤਰਨ ਕੇਰਾ, ਜਿਉਂ ਤਬ ਹੋਤ ਸਰਗ ਤੈ ਹੀਰਾ। ਬੀਬੀ ਭਾਨੀ ਜੀ ਆਖਣ ਲੱਗੇ ਭਰਾਵਾ ਤੂੰ ਤੇ ਵੇਖਿਆ ਹੀ ਹੈ ਕਿੰਨਾ ਵੱਡਾ ਸੰਜਮ ਸੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ, ਸਾਨੂੰ ਗਹਿਣੇ ਨਹੀਂ ਸੀ ਪਹਿਨਣ ਦਿੰਦੇ, ਤੇ ਬੀਬੀ ਭਾਨੀ ਜੀ ਨੇ ਤਿਆਗ ਵੀ ਦਿੱਤੇ ਸੀ ਗਹਿਣੇ। ਬਹੁਤੇ ਵਸਤਰ ਸਤਿਗੁਰੂ ਪਸੰਦ ਨਹੀਂ ਸੀ ਕਰਦੇ ਵੀ ਇਹ ਫਜ਼ੂਲ ਨੇ, ਗਹਿਣਿਆਂ ਦਾ ਸੰਜਮ, ਭੋਜਨ ਦਾ ਸੰਜਮ, ਵਸਤਰਾਂ ਦਾ ਸੰਜਮ, ਜੇ ਇਹ ਚੀਜ਼ਾਂ ਕਿਤੇ ਜੀਵਨ ਵਿੱਚ ਆ ਜਾਣ ਨਾ ਬੰਦੇ ਨੂੰ ਕਿਤੇ ਸਵਰਗ ਲੱਭਣ ਦੀ ਲੋੜ ਨਹੀਂ। ਜੇ ਸਾਨੂੰ ਕੋਈ ਪੁੱਛੇ ਸਾਡੇ ਦੁੱਖ ਕਿਹੜੇ ਨੇ, ਸਾਡੇ ਦੁੱਖ ਆਹੀ ਨੇ ਛੋਟੇ ਮੋਟੇ, ਮੈਂ ਫਲਾਣੀ ਚੀਜ਼ ਲੈਣੀ ਚਾਹੁੰਦਾ ਯਾਰ ਮਿਲੀ ਨਹੀਂ ਅਜੇ, ਆਓ ਗੱਡੀ ਲੈਣੀ ਹੈ, ਪੁਰਾਣੀ ਦੇ ਚਾਹੀਦੀ ਹੈ, ਫਲਾਣੇ ਕੱਪੜੇ ਪਾਉਣੇ ਨੇ ਉਹ ਸਲਾਉਣੇ ਨੇ, ਤੇ ਹੁਣ ਪੁਰਾਣੇ ਕਿਉਂ ਦੇਣੇ, ਨਵੇਂ ਸਵਾ ਕੇ ਪੁਰਾਣੇ ਦੇਣੇ ਪੈਣੇ, ਕਿਸ ਨੂੰ ਵੀ ਚਿੰਤਾ ਦਿੰਦਾ। ਜੇ ਘਰੇ ਪਏ ਆ ਤੇ ਤਾਂ ਵੀ ਖਿਆਲ ਆਉਂਦੇ ਰਹੇ ਦੀ ਅਲਮਾਰੀਆਂ ਭਰੀਆਂ, ਯਾਰ ਕਿਹਨੂੰ ਦੇਈਏ, ਮਹਿੰਗੇ ਬਹੁਤ ਨੇ, ਦੁੱਖ ਦਾ ਕਾਰਨ, ਤੇ ਘਰੇ ਪਏ ਪਾਉਣੇ ਨੀ, ਗੇੜਾ ਬਾਜ਼ਾਰ ਤੇ ਰੱਖਣ, ਉੱਥੇ ਜਾ ਕੇ ਵੀ ਗੇੜੇ ਲਾ ਕੇ ਵੀ ਇੱਕ ਸੂਟ ਪਸੰਦ ਆਇਆ ਉਹ ਵੀ ਘਰ ਆ ਕੇ ਨਾ ਪਸੰਦ ਹੋ ਜਾਂਦਾ, ਸਤਿਨਾਮ ਕਿ ਦੁੱਖਾਂ ਦਾ ਕਾਰਨ ਨਹੀਂ ਤੇ ਹੋਰ ਕੀ ਹੈ, ਫਜ਼ੂਲ ਦੁੱਖ। ਕੋਈ ਕੱਪੜਾ ਲੈ ਲਿਆ, ਪੈਸੇ ਲਾ ਲਏ, ਲੈ ਲਿਆ ਮਹਿੰਗਾ, ਕਹਿੰਦੇ ਮੇਰਾ ਤੇ 10,000 ਗਿਆ, ਮੇਰਾ ਤੇ 20 ਗਿਆ, ਹੁਣ ਮੈਂ ਪਾਉਣਾ ਹੀ। ਇਹ ਤੋਂ ਵੱਡਾ ਦੁੱਖ ਬੰਦੇ ਨੂੰ ਕੀ ਹੋ ਸਕਦਾ, ਇਹ ਆਪ ਸਹੇੜੇ ਹੋ ਗਏ। ਬੀਬੀ ਭਾਨੀ ਜੀ ਆਖਣ ਲੱਗੇ ਕਿ ਇੰਨਾ ਵੱਡਾ ਸੰਜਮ ਜਰਿਆ, ਉਹ ਜੀਵਨ ਬਣ ਗਿਆ, ਸਾਡਾ ਸੁਭਾਅ ਬਣ ਗਿਆ,
ਬਹੁਤੇ ਗਹਿਣਿਆਂ ਵੱਲ ਨਹੀਂ ਸੀ ਦੌੜਦੇ, ਕੱਪੜਿਆਂ ਵੱਲ ਨਹੀਂ ਸੀ ਦੌੜਦੇ, ਭੋਜਨ ਵੀ ਓਨਾ ਹੀ ਛੱਕਦੇ ਸੀ। ਇਹ ਨਹੀਂ ਸਵੇਰ ਦਾ ਭੋਜਨ ਦੁਪਹਿਰ ਨੂੰ ਬਚਾ ਕੇ ਰੱਖ ਲਿਆ ਵੀ ਦੁਪਹਿਰੇ ਖਾ ਲਾਂ, ਜਾਂ ਰਾਤ ਦਾ ਭੋਜਨ ਬਚਾ ਕੇ ਰੱਖ ਲਿਆ ਕੱਲ ਖਾ ਲਾਂਗੇ। ਇਹ ਉਹ ਕਰਦੇ ਆ ਜਿਹਨਾਂ ਨੂੰ ਰੱਬ ਤੇ ਭਰੋਸਾ ਨਹੀਂ ਤੇ ਜਿਹਨਾਂ ਨੂੰ ਇਹ ਲੱਗਦਾ ਸੀ ਸਦਾ ਹੀ ਜਿਉਣਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਦੀ ਉਹ ਮਰਿਆਦਾ ਸੀ, ਕਹਿੰਦੇ ਲੱਖਾਂ ਰੁਪਏ ਦਾ ਅਨਾਜ ਹਿੱਤ ਆਉਂਦਾ ਸੀ ਇੱਕ ਦਿਨ ਦੇ ਵਿੱਚ ਵਰਤਾਇਆ ਜਾਂਦਾ ਏ। ਘਟੋ ਨਾਹੀ ਆਵੇ ਤਿੱਤੋ ਜਿਤਕ ਸਭ ਖਾਣੀ। ਕਹਿਣਾ ਕੀ ਚਾਹੁੰਦੇ ਆ ਬੀਬੀ ਭਾਨੀ? ਕਹਿੰਦੇ ਭਰਾਤਾ, ਜਦ ਇਹ ਪਤਾ ਹੁੰਦਾ ਸੀ ਵੀ ਅੱਜ ਫਲਾਣੇ ਸਿੱਖ ਵੱਲੋਂ ਸੇਵਾ ਏ, ਰਾਸ਼ਨ ਗੁਰੂ ਸਾਹਿਬ ਨੇ ਜਿੰਨਾ ਕਹਿਣਾ ਸਿੱਖਾਂ ਨੇ ਓਨਾ ਲੈਣਾ, ਕਹਿੰਦੇ ਉਹਨਾਂ ਦਿਨਾਂ ਵਿੱਚ ਲੱਖਾਂ ਸੰਗਤਾਂ ਵੀ ਆਉਂਦੀਆਂ ਸੀ ਪਰ ਕਦੇ ਘਾਟਾ ਤੇ ਟੋਟਾ ਨਹੀਂ ਪਿਆ। ਆਖੋ ਸਦ ਨਾਮ ਵੀ ਅੱਜ ਜਿੰਨਾ ਭੋਜਨ ਬਣਿਆ ਸੰਗਤ ਵੱਧ ਆ ਗਈ, ਭਾਂਡੇ ਖਤਮ ਹੋ ਗਏ, ਵੀ ਦਾਲ ਮੁੱਕ ਗਈ ਜੀ, ਰੋਟੀ ਮੁੱਕ ਗਈ, ਕਦੇ ਐਸਾ ਨਹੀਂ ਸੀ ਹੋਇਆ। ਚਾਹੇ ਹਜ਼ਾਰਾਂ ਸਿੱਖ ਆਉਣ ਚਾਹੇ ਉਹ ਲੱਖਾਂ, ਕਹਿੰਦੇ ਕਦੇ ਵੀ ਘਾਟ ਨਹੀਂ ਸੀ ਆ, ਘਾਟਾ ਨਹੀਂ ਸੀ ਹੋਇਆ, ਕਦੇ ਐਸੇ ਹਾਲਾਤ ਨਹੀਂ ਸੀ ਹੋਏ ਵੀ ਸੰਗਤ ਬਹੁਤੀ ਆ ਗਈ ਤੇ ਭੋਜਨ ਬਣਿਆ ਹੀ ਨਾ ਹੋਵੇ। ਆਪਣਾ ਦਰਦ ਦੱਸਦੇ ਆ ਨਾ ਵੀ ਉਹ ਸਮਾਂ ਵੀ ਵੇਖਿਆ, ਉਹ ਵਕਤ ਵੀ ਦੇਖੇ ਨੇ ਜਦ ਅਨਾਜ ਵੀ ਸਾਡੇ ਕੋਲ ਗਿਣਤੀ ਦਾ ਹੁੰਦਾ ਸੀ ਵੀ ਇਹ ਤੋਂ ਵੱਧ ਬਣਾਉਣਾ ਨਹੀਂ। ਗੁਰੂ ਅਮਰਦਾਸ ਮਰਗ ਦੇ ਸਖਤ ਅਸੂਲ ਸਨ ਵੀ ਜਿੰਨਾ ਅਨਾਜ ਅੱਜ ਲੈ ਲਿਆ ਨਾ ਇਹਦੇ ਵਿੱਚ ਲੱਖਾਂ ਛੱਕ ਲੈਣ, ਹਜ਼ਾਰਾਂ ਛੱਕ ਲੈਣ, ਦੁਬਾਰਾ ਤੋਂ ਨਹੀਂ ਬਣੇਗਾ, ਨਹੀਂ ਬਣੇਗਾ। ਕਹਿੰਦੇ ਉਸ ਸਮੇਂ ਵਿੱਚ ਵੀ ਹਮੇਸ਼ਾ ਪੂਰੀ ਪੈਂਦੀ ਸੀ, ਕਦੇ ਘਾਟਾ ਨਹੀਂ ਪਿਆ, ਕੋਈ ਭੁੱਖਾ ਨਹੀਂ ਸੋਤਾ। ਬੱਚੋ ਰਹਿ ਤਸੋ ਪਸਨ ਖਵਾਵੇ, ਜਿਸ ਤੇ ਬਚੈ ਸੁਨ ਦੇ ਬਹਾਵੇ। ਬੇਟਾ ਗੁਰੂ ਜੀ ਦਾ ਹੁਕਮ ਸੀ ਵੀ ਇਸ ਭੋਜਨ ਵਿੱਚੋਂ ਜਿਹੜਾ ਭੋਜਨ ਬਚਦਾ ਸੰਭਾਲ ਕੇ ਰੱਖਣਾ। ਕੀ ਕਰਨਾ? ਪਸ਼ੂਆਂ ਨੂੰ ਪਾਉਣਾ। ਕਿਉਂ ਪਾਉਣਾ? ਮਰਦ ਨੇ ਬਾਣੀ ਵਿੱਚ ਵੀ ਇਤਿਹਾਸ ਵਿੱਚ ਬੜੀ ਥਾਂ ਦੱਸੇ ਆ, ਸਿੱਖਾ ਜਿਹੜਾ ਤੇਰੇ ਕੋਲ ਬਚਿਆ ਹੋਇਆ ਭੋਜਨ ਹੈ ਉਹ ਪ੍ਰਕਿਰਤੀ ਵਿੱਚ ਬਣਾਏ ਰੱਬ ਦੇ ਪਸ਼ੂਆਂ ਦਾ ਹੈ, ਜੇ ਤੂੰ ਪਸ਼ੂਆਂ ਦਾ ਹਿੱਸਾ ਵੀ ਖਾ ਗਿਆ ਤੇਰੇ ਵਰਗਾ ਪਸ਼ੂ ਕੋਈ ਨਹੀਂ। ਆਖੋ ਸਤਨਾਮ। ਜਾਨਵਰਾਂ ਦਾ ਪਸ਼ੂਆਂ ਦਾ ਸਤਿਗੁਰਾਂ ਦਾ ਹੁਕਮ ਹੋਣਾ, ਸਿੱਖਾਂ ਨੇ ਕਹਿਣਾ ਮਹਾਰਾਜ ਅੱਜ ਦੋ ਦੇ ਕੇ ਦਾਲ ਦੇ ਵੱਜ ਗਏ, ਟੋਕਰੇ ਵੱਜ ਗਏ ਪ੍ਰਸ਼ਾਦਿਆਂ ਦੇ, ਤੇ ਮਰਗ ਦਾ ਹੁਕਮ ਹੁੰਦਾ ਸੀ ਸਿੱਖੋ ਜਾਓ ਜਾਨਵਰਾਂ ਨੂੰ ਖਾ ਕੇ ਆਓ, ਗਾਵਾਂ ਮੱਝਾਂ ਬੱਕਰੀਆਂ ਜਿੰਨੇ ਪਸ਼ੂ। ਕਹਿੰਦੇ ਭਾਈ ਇਹ ਉਹਨਾਂ ਦੇ ਹਿੱਸੇ ਦਾ, ਤੁਹਾਡੇ ਹਿੱਸੇ ਦਾ ਭੋਜਨ ਇੰਨਾ ਹੀ ਸੀ ਜਿੰਨੇ ਨਾਲ ਤੁਸੀਂ ਤ੍ਰਿਪਤ ਹੁੰਦੇ, ਜਿੰਨੇ ਨਾਲ ਰੱਜ ਜਾਂਦੇ ਹੋ, ਉਹ ਤੋਂ ਵੱਧ ਛੱਡਣਾ ਸੰਭਾਲਣਾ ਸਿੱਖ ਦਾ ਕਾਰਜ। ਬੀਬੀ ਭਾਨੀ ਜੀ ਆਖਣ ਲੱਗੇ, ਕਹਿੰਦੇ ਸਾਰੇ ਦਾ ਸਾਰਾ ਭੋਜਨ ਪਸ਼ੂਆਂ ਨੂੰ ਪਾਉਣਾ, ਉੱਥੇ ਜਾ ਕੇ ਵੀ ਕਈ ਵਾਰ ਨਾ ਵੱਧ ਜਾਂਦਾ ਸੀ। ਤੇ ਮਰਦ ਕਹਿੰਦੇ ਸੀ ਕਦੇ ਵਾਪਸ ਲੈ ਕੇ ਨਾ ਆਇਓ, ਬਿਆਸਾ ਦਰਿਆ ਦੇ ਵਿੱਚ ਪਾ ਦਿਓ। ਕਿਉਂ? ਪਾਣੀ ਵਿੱਚ ਅਨੇਕਾਂ ਜੀਵ ਰਹਿੰਦੇ ਨੇ ਜਿਹੜੇ ਭੋਜਨ ਦੀ ਆਸ। ਕਹਿੰਦੇ ਉਹ ਲੰਗਰ ਉੱਥੇ ਵੀ ਪਾਇਆ ਜਾਣਾ ਤਾਂ ਜੋ ਲੰਗਰ ਖਰਾਬ ਨਾ ਹੋਵੇ। ਅੱਜ ਕੱਲ੍ਹ ਤੁਸੀਂ ਧਾਰਮਿਕ ਥਾਵਾਂ 'ਤੇ ਜਾ ਕੇ ਵੇਖੋ, ਲੋਕ ਖਾਂਦੇ ਘੱਟ ਨੇ, ਛੱਡਦੇ ਜਾਂਦੇ ਨੇ, ਡਸਟਬਿਨ ਲੱਗੇ ਪਏ ਆ, ਬਸ ਜੋ ਆਇਆ ਵਿੱਚ ਸੁੱਟੀ ਜਾਣਾ, ਜੋ ਆਉਣਾ ਵਿੱਚ ਸੁੱਟੀ ਜਾਣਾ, ਜਾਣਾ ਕਿੱਥੇ? ਨਾਲੀਆਂ 'ਚ। ਇੱਕ ਪਾਸੇ ਭੋਗ ਲਵਾਉਂਦੇ ਫਿਰਦੇ, ਦੂਜੇ ਪਾਸੇ ਨਾਲੀ 'ਚ ਸੁੱਟਦੇ ਫਿਰਦੇ ਆ। ਸਾਰਾ ਨਾਮ ਹੈ ਮਤ ਦੇ। ਗੁਰੂ ਅਮਰਦਾਸ ਮਰਦ ਨੇ ਇਹੋ ਵਚਨ ਆਖਿਆ ਸੀ ਵੀ ਗੁਰੂ ਕਾ ਲੰਗਰ
ਜੇ ਬਚ ਗਿਆ ਦਰਿਆ ਵਿੱਚ ਪਾ ਦਿਓ, ਜੇ ਦਰਿਆ ਵਿੱਚੋਂ ਵੀ ਬਚ ਗਿਆ ਟੂਆ ਪੱਟ ਧਰਤੀ ਚ ਦੱਸ ਦੇ ਨਾਲੀ ਜੀ ਸਿੰਘ। ਕਿਉਂ? ਕਿਉਂਕਿ ਉਸ ਭੋਜਨ ਵਿੱਚ ਲੂਣ ਵੀ ਹੈ, ਤੇਲ ਵੀ ਹੈ, ਘਿਓ ਵੀ ਹੈ, ਆਟਾ ਵੀ ਹੈ। ਪੜ੍ਹਦੇ ਹੋ ਨਾ ਬਾਣੀ, ਪੰਜਵਾ ਪਾਇਆ ਕਿਰਤ ਤਾਂਬੂਆ ਪਾਪ ਪਵਿੱਤਰ ਪਾਪੀ ਸਿਉ ਤਨ ਕੱਢਿਆ ਥੁੱਕਾਂ ਪਈਆਂ। ਵੀ ਜੇ ਪਾਪੀ ਬੰਦਾ ਵੀ ਖਾਂਦਾ ਹੈ ਭੋਜਨ ਉਹਨੂੰ ਵੀ ਦਰਦੀ ਹੁੰਦਾ ਹੈ। ਕਈ ਇਸ ਭੋਜਨ ਨੂੰ ਖਾ ਕੇ ਵਿਕਾਰ ਪੈਦਾ ਕਰਦੇ ਆ, ਬੁਰਾ ਸੋਚਦੇ ਆ, ਕਹਿੰਦੇ ਪਾਪੀ ਬੰਦੇ ਵਰਗਾ ਹੀ ਐਸਾ ਸਮਾਂ ਹੈ ਜੇ ਮਨੁੱਖ ਉਸ ਭੋਜਨ ਨੂੰ ਲਗਾ ਕੇ ਨਾਲੀ ਵਿੱਚ ਸੁੱਟ ਦਿੰਦਾ, ਗੰਦਗੀ ਵਿੱਚ ਸੁੱਟ ਦਿੰਦਾ, ਤੇ ਫਿਰ ਮਨੁੱਖ ਨੂੰ ਕਦੇ ਭੋਜਨ ਰਸ ਨਹੀਂ ਹੁੰਦਾ। ਗੁਰੂ ਅਮਰਦਾਸ ਮਰਗ ਦਾ ਹੁਕਮ ਸੀ, ਕਹਿੰਦੇ ਬਚ ਗਿਆ ਭੋਜਨ ਪਸ਼ੂਆਂ ਨੂੰ, ਜੇ ਪਸ਼ੂਆਂ ਤੋਂ ਵੀ ਬਚਿਆ ਵਿਆਸਾ ਦਰਿਆ ਚ ਪਾ ਦਿਓ ਭਾਈ, ਤਾਂ ਜੋ ਉੱਥੇ ਮਗਰ ਮੱਛ ਤੇ ਮੱਛੀਆਂ ਦੇ ਕੰਮ ਆਏ। ਬੀਬੀ ਭਾਨੀ ਜੀ ਕਹਿੰਦੇ ਉਹਨਾਂ ਸਮਿਆਂ ਵਿੱਚ ਵੀ ਕਦੇ ਐਸੇ ਦਿਨ ਨਹੀਂ ਆਏ ਵੀ ਗੁਰੂ ਨਾਨਕ ਦੇ ਘਰ ਕੋਈ ਭੁੱਖਾ ਸੁੱਤਾ ਹੋਵੇ। ਆਖੋ ਸਤਨਾਮ। ਆਸ ਹੈ ਗੱਲ ਸਮਝ ਆਈ ਹੋਵੇ। ਭਾਈ ਗੁਰਦਾਸ ਪੁੱਛਦੇ ਆ ਪ੍ਰਾਹੁਣਚਾਰੀ ਕਿਉਂ ਨੀ, ਰੋਟੀ ਸੁੱਕੀ ਕਿਉਂ? ਬੀਬੀ ਭਾਨੀ ਕੀ ਆਖਦੇ ਆ? ਕਹਿੰਦੇ ਭਰਾਵਾ ਸ਼ੁਕਰ ਕਰ, ਅਜੇ ਵੀ ਮਿਲ ਗਈ, ਬੜੀਆਂ ਰਾਤਾਂ ਤੇ ਪਾਣੀ ਪੀ ਪੀ ਸੁੱਤੇ ਆ, ਰੋਟੀ ਨਸੀਬ ਨਹੀਂ ਹੋਈ, ਵੇਖਣ ਨੂੰ ਨਹੀਂ ਮਿਲੀ। ਪਰ ਕਹਿੰਦੇ ਅਸੀਂ ਉਸ ਘਰ ਚੋਂ ਆਏ ਜਿਸ ਘਰ ਦੇ ਵਿੱਚ ਦਰਿਆਵਾਂ ਦੇ ਜੀਵ ਵੀ ਰੱਜਦੇ ਸੀ, ਗਊਸ਼ਾਲਾ ਦੇ ਪਸ਼ੂ ਵੀ ਰੱਜਦੇ ਸੀ, ਤੇ ਅੱਜ ਵੇਖ ਉਸ ਘਰ ਵਿੱਚ ਰੋਟੀਆਂ ਗਿਣ ਗਿਣ ਪਾ ਕਰ ਉਹ ਵੀ ਪੂਰੀਆਂ ਆਉਂਦੀਆਂ ਨਹੀਂ। ਉਨ ਸਿਰ ਅਰਜਨ ਕੇ ਪਿਤ ਹੋਏ, ਪੂਜਤ ਚੁੰ ਦਿਸ ਤੇ ਸਭ ਕੋਏ। ਫੇਰ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ, ਭਾਵ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਿਤਾ, ਉਹਨਾਂ ਨੇ ਵੀ ਉਸੇ ਮਰਿਆਦਾ ਨੂੰ ਬਹਾਲ ਰੱਖਿਆ। ਗੁਰੂ ਰਾਮਦਾਸ ਮਰਗ ਦਾ ਇਹ ਬਿਰਧ ਸੀ ਵੀ ਕੋਈ ਵੀ ਸਿੱਖ ਕਦੇ ਵੀ ਇੱਥੋਂ ਭੁੱਖਾ ਨਾ ਜਾਵੇ, ਤੇ ਇਸੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਈ ਵੀ ਕਦੇ ਭੁੱਖਾ ਨਹੀਂ ਮਰਦਾ, ਮਰਿਆਦਾ ਹੈ। ਲੰਗਰ ਉਦੋਂ ਤੱਕ ਹੈ ਜਦੋਂ ਗੁਰੂ ਘਰ ਦੀ ਬਾਉਂਡਰੀ ਵਿੱਚ ਹੈ, ਮਰਿਆਦਾ ਵਿੱਚ ਹੈ, ਜਾਂ ਭੁੱਖਿਆਂ ਦੇ ਤੱਕ ਪਹੁੰਚਦਾ ਹੋਵੇ। ਇਹ ਕਿਤੇ ਨਹੀਂ ਮਰਦ ਨੇ ਲਿਖਿਆ ਵੀ ਰੱਜਿਆਂ ਨੂੰ ਸੜਕਾਂ ਤੇ ਘੇਰੇ ਪਾ ਪਾ ਕੇ ਰੋਟੀਆਂ ਖਵਾਓ, ਜਿਹਨਾਂ ਹੱਥ ਨਹੀਂ ਧੋਣੇ ਸਿਰ ਨਹੀਂ ਕੱਢਣਾ, ਕੋਈ ਸਿਗਰਟ ਪੀ ਕੇ ਗੱਡੀ 'ਚ ਬੈਠਾ, ਕੋਈ ਸ਼ਰਾਬ ਦੀਆਂ ਬੋਤਲਾਂ ਲਈ ਬੈਠਾ ਗੱਡੀ 'ਚ, ਤੇ ਤੁਸੀਂ ਰੋਕ ਰੋਕ ਵਾਹਿਗੁਰੂ ਜੀ ਪ੍ਰਸ਼ਾਦਾ ਜੀ, ਵਾਹਿਗੁਰੂ ਜੀ ਜਲ ਜੀ, ਇਹ ਤੋਂ ਵੱਡਾ ਪਾਪ ਕੀ ਹੋ ਸਕਦਾ? ਤਾਂ ਹੀ ਤੇ ਕੌਮ ਰਿਹਾ ਹਾਲ ਨੇ। ਲੰਗਰ ਕੇਵਲ ਗੁਰੂ ਕੇ ਲੰਗਰਾਂ ਦੇ ਵਿੱਚ ਵਰਤਦਾ ਹੈ, ਗੁਰੂ ਕੇ ਲੰਗਰ, ਜਾਂ ਜਿੱਥੇ ਕੋਈ ਸਮਾਗਮ ਹੋਵੇ, ਜਾਂ ਜਿੱਥੇ ਕੋਈ ਪੰਥਕ ਧਰਨਾ ਹੋਵੇ, ਕੋਈ ਐਸਾ ਕਾਰਜ ਹੋਵੇ, ਸੰਗਤ ਬੈਠੀ ਹੋਵੇ ਗੁਰੂ ਦੀ, ਉੱਥੇ ਕੇਵਲ ਗੁਰੂ ਕੇ ਲੰਗਰ ਵਰਤਾਏ ਜਾਂਦੇ ਆ। ਵਿਹਲੜ ਲੋਕਾਂ ਨੂੰ ਖਵਾਉਣ ਵਾਲੀ ਰੋਟੀ ਹੁੰਦੀ ਆ, ਲੰਗਰ ਨਹੀਂ ਹੁੰਦਾ। ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਹਰ ਕੋਈ ਸ਼ਾਕੇ ਜਾਂਦਾ ਸੀ। ਬੀਬੀ ਭਾਨੀ ਕਹਿੰਦੀ ਮੰਗਣ ਵਾਲੇ ਵੀ 36 ਪ੍ਰਕਾਰ ਦੇ ਭੋਜਨ ਛਕਦੇ ਸੀ ਮਰਜ਼ੀ ਨਾਲ, ਵੀ ਮੈਂ ਖੀਰ ਖਾਣੀ ਹੋਰ ਪਾ। ਕੋਈ ਮੰਗਤਾ ਕਿਸੇ ਦੇ ਘਰ ਜਾ ਕੇ ਰੋਹ ਮਾਰ ਸਕਦਾ ਵੀ ਭਾਈ ਕੀ ਬਣਾਇਆ? ਉਹ ਕਹਿੰਦਾ ਚਾਹ। ਕਹਿੰਦਾ ਫਿਰ ਇੱਕ ਨਹੀਂ ਇੱਕ ਕੱਪ ਹੋਰ ਲਿਆ। ਅਗਲਾ ਕਹਿੰਦਾ ਤੇ ਚੱਲ। ਮੰਗਣ ਵਾਲਾ ਤੁਹਾਡੇ ਤੋਂ ਇੱਕ ਰੋਟੀ ਮੰਗਦਾ, ਉਹ ਕਹਿੰਦਾ ਦੋ ਹੋਰ ਦੇ ਦਿਓ। ਭਾਈ ਕੋਈ ਹੋਰ ਸਬਜ਼ੀ ਬਣੀ? ਉਹ ਕਹਿੰਦੇ ਬਾਬਾ ਚੁੱਪ ਕਰਕੇ ਖਾਣੀ ਖਾ ਨਹੀਂ ਦਵਾਂ। ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਬੈਠ ਕੇ ਬੰਦਾ ਕਹਿੰਦਾ ਬਾਬਾ ਜੀ
ਇੱਕ ਕੜਛੀ ਖੀਰ ਹੋਰ ਪਾ ਦਿਓ। ਆਖੋ ਸਤਨਾਮ। ਉਹ ਰਾਜਾ ਹੋਵੇ, ਭਿਖਾਰੀ ਹੋਵੇ, ਮੰਗਣ ਵਾਲਾ ਹੋਵੇ, ਇਸ ਦਰ ਤੇ ਹਰ ਕੋਈ ਇਹ ਮਾਣ ਕਰਕੇ ਕਹਿੰਦਾ ਇਹ ਘਰ ਮੇਰਾ, ਮੇਰੇ ਪਿਓ ਦਾ, ਮੇਰੇ ਸਤਿਗੁਰੂ ਦਾ ਘਰ। ਇਹਦੇ ਗੁਰੂ ਰਾਮਦਾਸ ਜੀ ਦੇ ਦਰ ਤੇ ਸਿੱਖ ਸੰਗਤਾਂ ਰੱਜ ਰੱਜ ਛਕਦੀਆਂ ਸੀ ਤੇ ਮਰਗ ਦਾ ਹੁਕਮ ਸੀ ਭਾਈ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਇੱਕ ਨਾਮ ਦਾ ਭੋਜਨ ਛਕਣਾ ਤੇ ਦੂਜਾ ਗੁਰੂ ਕਾ ਲੰਗਰ, ਸੰਗਤਾਂ ਦੀ ਮਰਜ਼ੀ ਦਾ ਬਣਾਓ, ਜੋ ਸੰਗਤ ਪਸੰਦ ਕਰਦੀ। ਗੁਰੂ ਸਾਹਿਬ ਦਾ ਹੁਕਮ ਚੱਲਦਾ ਰਿਹਾ, ਵਰਤਦੇ ਰਹੇ ਲੰਗਰ। ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਛਕਦੀਆਂ ਸੀ ਤੇ ਸ਼ਹਿਰ ਵਿੱਚ ਵਸਣ ਵਾਲੇ ਲੋਕ ਵੀ ਕੋਈ ਭੁੱਖਾ ਸੌਂਦਾ ਨਹੀਂ। ਇਕੱਤਰ ਸਕਲ ਪਰਵਾਰੋ ਚੱਲਿਓ ਜਾਤ ਆਖੋ ਵਿਵਹਾਰੋ। ਬੀਬੀ ਭਾਨੀ ਜੀ ਕਹਿੰਦੇ ਸੋਹਣਾ ਵਿਵਹਾਰ ਚੱਲਦਾ ਸੀ ਸੰਗਤਾਂ ਦੇ ਨਾਲ, ਤਿੰਨੇ ਭਰਾ ਇਕੱਠੇ ਰਹਿੰਦੇ ਸੀ ਕਿਉਂਕਿ ਬਾਬਾ ਪ੍ਰਿਥੀ ਚੰਦ ਵੀ ਡਰਦੇ ਸੀ ਪਿਤਾ ਗੁਰੂ ਦੇ, ਛੋਟੇ ਸੀ ਇਹ ਵੀ ਲੰਗਰਾਂ ਦੀ ਸੇਵਾ ਚ ਲੱਗੇ ਰਹਿੰਦੇ ਸੀ। ਗੁਰੂ ਅਰਜਨ ਦੇ ਮਹਾਰਾਜ ਭਗਤੀ ਕਰਦੇ ਰਹਿੰਦੇ ਸੀ, ਬਾਬਾ ਮਹਾਂਦੇਵ ਚਿੱਤ ਕੀਤਾ ਸੇਵਾ ਕਰ ਲਈ ਸੋਹਣੇ, ਇਹਦੀ ਕੋਈ ਰੌਲਾ ਨਹੀਂ ਸੀ, ਕਦੇ ਕਿਸੇ ਨਾਲ ਮਨਮਟਾਵ ਨਹੀਂ ਸੀ, ਕਦੇ ਕਿਸੇ ਨਾਲ ਲੜੇ ਨਹੀਂ, ਭਾਈ ਤੂੰ ਰੋਟੀ ਨਹੀਂ ਖਾ ਸਕਦਾ, ਤੂੰ ਪ੍ਰਸ਼ਾਦਾ ਨਹੀਂ ਛੱਕ ਸਕਦਾ, ਤੂੰ ਦੁਬਾਰਾ ਕਿਉਂ ਆ ਗਿਆ, ਇਹ ਤਾਂ ਹੈ ਹੀ ਨਹੀਂ ਸੀ ਗੱਲਾਂ ਗੁਰਪੁਰ। ਇਹਦੀ ਉਹ ਸਮੇਂ ਵੀ ਅਸੀਂ ਵੇਖੇ, ਭਾਵੁਕ ਹੋ ਕੇ ਦੱਸ ਰਹੇ ਨੇ ਬੀਬੀ ਭਾਨੀ ਜੀ, ਕਿਉਂਕਿ ਭਾਈ ਗੁਰਦਾਸ ਥੋੜੇ ਗੁੱਸੇ ਚ ਬੈਠੇ ਆ ਵੀ ਰਸ ਚ ਆ ਕੇ ਇਹ ਹਾਲਾਤ ਕਿਉਂ ਬਣ ਗਏ, ਰੋਟੀ ਚੰਗੀ ਕਿਉਂ ਨਹੀਂ ਬਣ ਗਈ। ਕਹਿੰਦੇ ਆ ਦਿਨ ਕਦੇ ਵੀ ਨਹੀਂ ਸੀ ਆਏ ਜੋ ਅੱਜ ਆ ਗਏ ਨੇ। ਪਾਛੇ ਇਹੋ ਭਰਾਤਾ ਤੀਨ ਭਏ ਬਿਰੋਧੀ ਮਨ ਸਲੀਨ। ਬੀਬੀ ਭਾਨੀ ਜੀ ਕਹਿੰਦੇ ਫੇਰ ਨਾ ਤਿੰਨ ਭਰਾ ਪਿਤਾ ਗੁਰੂ ਦੇ ਤਨ ਦੇ ਪਰਿਤਿਆਗ ਤੋਂ ਬਾਅਦ ਇੱਕ ਗੁਰਤਾ ਗੱਦੀ ਤੇ ਬਹਿ ਗਏ ਤੇ ਦੋ ਇੱਕ ਪਾਸੇ ਹੋ ਗਏ। ਮਤਲਬ ਇਹ ਕਹਿ ਲਓ ਵੀ ਭਰਾਵਾਂ ਚ ਵਿਰੋਧ ਹੋ ਗਿਆ, ਵਿਰੋਧਾਭਾਸ ਚੱਲ ਗਿਆ, ਵੈਰ ਚੱਲ ਗਿਆ। ਜਦੋਂ ਭਰਾ ਵੱਖ ਵੱਖ ਹੋਏ ਸੰਗਤਾਂ ਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਪਿਆ, ਕੁਝ ਬਾਬਾ ਪ੍ਰਿਥੀ ਚੰਦ ਵਾਲੇ ਪਾਸੇ ਪੈਰ ਰੱਖਦੇ ਸੀ, ਕਈ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪੂਰਾ ਸਤਿਗੁਰ ਮੰਨਦੇ, ਕਈ ਬਚ ਬਚਾਲੇ ਜੇ ਸੀ ਕਹਿੰਦੇ ਸਾਨੂੰ ਕੁਛ ਪਤਾ ਹੀ ਨਹੀਂ ਲੱਗਦਾ। ਜਦ ਕਹਿੰਦੇ ਵਿਰੋਧ ਉੱਠਿਆ, ਕਦੇ ਗੋਇੰਦਵਾਲ ਸਾਹਿਬ ਕਦੇ ਅੰਮ੍ਰਿਤਸਰ ਸਾਹਿਬ, ਸੰਗਤਾਂ ਵੀ ਖੱਜਲ ਖਵਾਰ ਹੋਈਆਂ। ਸ੍ਰੀ ਅਰਜਨ ਕੋ ਲਗ ਇਹੋ ਜਨ ਬਿਗਨ ਅਨੇਕ ਭਾਂਤ ਕੇ ਥਨ। ਵੀਰ ਗੁਰਦਾਸ ਜਦ ਤਖਤ ਤੇ ਗੁਰੂ ਅਰਜਨ ਦੇ ਪਾਤਸ਼ਾਹ ਬੈਠੇ ਨਿਮਰਤਾ ਦੀ ਉਮਰ, ਮਾਂ ਦੇ ਤਰ ਭਰ ਗਿਆ। ਬਾਬਾ ਪ੍ਰਿਥੀ ਚੰਦ ਇਹੀ ਕਹਿੰਦਾ ਰਿਹਾ ਇਹ ਛੋਟਾ ਹੈ, ਇੱਕ ਗੁਰਗੱਦੀ ਨਹੀਂ ਚੱਲਣੀ, ਇਹਦਾ ਹੱਕ ਨਹੀਂ ਹੈ, ਗੁਰਤਾ ਗੱਦੀ ਮੇਰੀ ਹੈ। ਕਹਿੰਦੇ ਉਹਨੇ ਵਿਰੋਧ ਕੀਤਾ, ਕਦੇ ਸੁਲਹੀ ਖਾਂ ਬੁਲਾਇਆ, ਕਦੇ ਕਿਸੇ ਨੂੰ ਬੁਲਾਇਆ, ਕਦੇ ਰੌਲਾ ਪਾਇਆ, ਕਦੇ ਵਿਵਾਦ ਕੀਤਾ, ਕਦੇ ਸਿੱਖਾਂ ਨਾਲ ਕੁੱਟਮਾਰ ਕੀਤੀ, ਕਦੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮੰਦੜਾ ਬੋਲ ਨਹੀਂ ਬੋਲਿਆ। ਸੋਡੇ ਕੁੱਲ ਮੈਂ ਗੁਰਤਾ ਰੱਖੇ ਨਹਿ ਜਾਣੈ ਇਮ ਧਾਨਿਆ ਬਲਾਖੇ। ਪਰ ਕਦੇ ਨਹੀਂ ਸੀ ਮੈਂ ਸੋਚਿਆ ਇਹ ਗਲਤੀ ਮੇਰੀ ਹੈ। ਬੀਬੀ ਭਾਨੀ ਮੰਨ ਰਹੇ ਆ, ਸਵੀਕਾਰ ਕਰਦੇ ਆ, ਪਾਏ ਕੁਹਾੜਾ ਮਾਰਿਆ ਗਾਫਲ ਬਣੇ ਹਾਂ। ਮੈਂ ਪਿਤਾ ਗੁਰੂ ਨੂੰ ਆਖਿਆ ਸੀ ਸਤਿਗੁਰ ਜੀ ਗੁਰਗੱਦੀ ਸਾਡੀ ਵੰਸ ਵਿੱਚ ਰਹੇ, ਉਹਨਾਂ ਕਿਹਾ ਸੀ ਕਹਿੰਦੇ ਚੱਲਦੇ ਪਾਣੀਆਂ ਨੂੰ ਬੰਨ ਲਾ ਰਹੇ ਹੋ,
ਜਿੱਥੇ ਬੰਨ ਲੱਗਦੇ ਨੇ ਉਹ ਇਲਾਕੇ ਡੁੱਬਦੇ ਹੀ ਹੁੰਦੇ ਨੇ। ਆਖੋ ਸਤਨਾਮ ਡੁੱਬਦੇ ਹੁੰਦਾ ਹੀ ਹੈ। ਬੰਨਾਂ ਦੇ ਕਿਨਾਰੇ ਰਹਿਣ ਵਾਲਿਆਂ ਨੂੰ ਪੁੱਛੋ ਭਾਈ ਕਿਵੇਂ ਹੋ, ਉਹ ਕਹਿੰਦੇ ਮੀਂਹ ਪਹਾੜਾਂ 'ਤੇ ਪੈਂਦਾ ਚਿੰਤਾ ਸਾਨੂੰ ਜਾਂਦੀ ਹੈ। ਦਰਿਆਵਾਂ ਦੇ ਕੰਢੇ ਰਹਿਣ ਵਾਲਿਆਂ ਨੂੰ ਪੁੱਛੋ ਭਾਈ ਕੀ ਹਾਲ ਨੇ, ਕਹਿੰਦੇ ਸਾਡੇ ਕਾਹਦੇ ਹਾਲ ਨੇ, ਮੀਂਹ ਪਰਬਤਾਂ ਪਹਾੜਾਂ ਵਿੱਚ ਪੈਂਦਾ ਹੁੰਦਾ ਚਿੰਤਾ ਸਾਨੂੰ ਹੋ ਜਾਂਦੀ ਹੈ ਵੀ ਜੇ ਡੈਮਾਂ ਦੇ ਗੇਟ ਖੁੱਲ੍ਹ ਕੇ ਸਾਡਾ ਕੀ ਬਣੂਗਾ, ਚਿੰਤਾ ਹੈਗੀ ਹੈ। ਭਾਵੇਂ ਦਰਿਆ ਸੋਹਣੇ ਲੱਗਦੇ, ਦਰਿਆਵਾਂ ਦੇ ਘਰ ਕਿਨਾਰੇ ਪਏ ਸੋਹਣੇ ਲੱਗਦੇ ਆ, ਸਭ ਸੋਹਣੀਆਂ ਚੀਜ਼ਾਂ ਸਦਾ ਚੰਗੀਆਂ ਅਤੇ ਸੁਖਦਾਈ ਵੀ ਹੁੰਦੀਆਂ। ਯਾਦ ਰੱਖਿਓ ਦੁਨੀਆਂ ਵਿੱਚ ਦਿਸਣ ਵਾਲੀ ਹਰ ਸੋਹਣੀ ਚੀਜ਼ ਘਾਤਕ ਹੁੰਦੀ ਹੈ, ਦੁੱਖਦਾਈ ਹੁੰਦੀ ਹੈ। ਹੀਰਾ ਸੋਹਣਾ ਨਾ, ਪਰ ਹੀਰੇ ਨੂੰ ਜੇ ਕੋਈ ਕੱਚੇ ਨੂੰ ਖਾ ਲਏ ਤੇ ਮੌਤ ਦਾ ਕਾਰਨ। ਪਾਰਾ ਬਹੁਤ ਸੋਹਣਾ, ਇੱਕ ਬੂੰਦ ਵੀ ਅੰਦਰ ਚਲੀ ਜਾਏ ਤੇ ਜੀਵਨ ਖਤਰੇ 'ਚ ਆ ਜਾਂਦਾ। ਪਰ ਜੇ ਇਹਨਾਂ ਚੀਜ਼ਾਂ ਨੂੰ ਮਾਰਿਆ ਜਾਵੇ, ਪਾਰਾ ਹੋਵੇ, ਸੰਖ ਹੋਵੇ, ਹੀਰਾ ਹੋਵੇ, ਮੋਤੀ ਹੋਵੇ, ਇਹਨਾਂ ਦੀ ਭਸਮ ਬਣ ਜੇ ਤੇ ਜਾਨ ਬਚਾ ਦਿੰਦੇ ਹੋ। ਮਤਲਬ ਸੋਹਣੀਆਂ ਚੀਜ਼ਾਂ ਦੁੱਖਦਾਈ ਨੇ ਦੁਨੀਆਂ ਤੇ। ਜਿਹਨਾਂ ਜਿਹਨਾਂ ਨੇ ਦੁੱਖ ਪਾਏ, ਕੋਈ ਰਾਂਝੇ ਹੀਰ ਦੀਆਂ ਗੱਲਾਂ ਕਰਦਾ ਹੈ, ਪੁੱਛੋ ਰਾਂਝੇ ਦਾ ਹਾਲ ਕੀ ਸੀ, ਸੱਸੀ ਪੁੰਨੂ ਦੀਆਂ ਗੱਲਾਂ, ਸੋਹਣੀ ਮਹੀਵਾਲ ਦੀਆਂ ਗੱਲਾਂ, ਕੋਈ ਸੁਖੀ ਸੀ ਉਹਨਾਂ ਚੋਂ, ਸੁਹਾਪਣਾ ਨੇ ਰੋੜਿਆ। ਹਰ ਸੁੱਖ ਪਿੱਛੇ, ਹਰ ਸੁਹੱਪਣ ਪਿੱਛੇ, ਹਰ ਸੋਹਣੀ ਚੀਜ਼ ਪਿੱਛੇ ਦੁੱਖ ਹੁੰਦਾ। ਬੀਬੀ ਭਾਨੀ ਜੀ ਕਹਿੰਦੇ ਸਾਨੂੰ ਵਰਗ ਨੇ ਆਖਿਆ ਸੀ ਵੀ ਤੁਸੀਂ ਗੁਰਗੱਦੀ ਦਾ ਸੁੱਖ ਮੰਨਣਾ ਚਾਹੁੰਦੇ ਹੋ ਪਰ ਦੁੱਖਾਂ ਦੇ ਪਹਾੜ ਟੁੱਟਣਗੇ। ਆਖੋ ਸਤਨਾਮ, ਇਹ ਮੰਗ ਕੇ ਲਏ ਹੋਏ, ਜਰਨੇ ਵੀ ਪੈ ਰਹੇ ਆ, ਇਸ ਕਰਕੇ ਕਿਸੇ ਨੂੰ ਮਾਰਾ ਨਹੀਂ ਗਿਆ ਸੀ। ਪ੍ਰਿਥੀ ਚੰਦ ਦਾ ਹਾਲ ਇਹ ਕਿਉਂ ਹੈ, ਉਹ ਲਾਲਚੀ ਕਿਉਂ ਹੈ? ਗੁਰੂ ਘਰ ਵਿੱਚ ਆਈ ਹੋਈ ਮਾਇਆ ਗੁਰੂ ਰਾਮਦਾਸ ਪਾਤਸ਼ਾਹ ਨੇ ਐਕਸੈਪਟ ਕੀਤੀ, ਹੁਣ ਉਹ ਮਾਇਆ ਨੂੰ ਯਾਰ ਜਿਹੜਾ ਸੰਭਾਲੂਗਾ ਉਹ ਮਤ ਤੇ ਮਾਰੂਗੀ, ਉਹਦੇ ਨਾਗਣੀ ਸੱਪਾਂ ਨੂੰ ਸਾਂਭਣ ਵਾਲੇ ਸਪੇਰੇ ਸੱਪਾਂ ਦੇ ਡੰਗ ਤੋਂ ਹੀ ਮਰਦੇ ਹੁੰਦੇ ਆ। ਮਾਇਆ ਦਾ ਲਾਲਚ ਕਰਨ ਵਾਲੇ, ਮਾਇਆ ਮਾਇਆ ਕਰਨ ਵਾਲੇ ਇੱਕ ਦਿਨ ਇਸ ਮਾਇਆ ਦੇ ਕਰਕੇ ਹੰਕਾਰ ਕਰਦੇ ਆ, ਹੰਕਾਰ ਚਾ ਕੇ ਕਿਸੇ ਨਾਲ ਪੰਗਾ ਲੈ ਪੈਂਦੇ ਆ, ਅਗਲਾ ਬੜੋਲਾ ਜਾਨੀ ਤੋੜ ਦਿੰਦਾ। ਤੇ ਬਾਬਾ ਪ੍ਰਿਥੀ ਚੰਦ ਨੇ ਇਹ ਗਲਤੀ ਕੀਤੀ ਹੈ, ਗੁਸਤਾਖੀ ਕੀਤੀ ਹੈ, ਮਾਇਆ ਦਾ ਰੰਗ ਸੀ, ਮਾਇਆ ਦਾ ਰੂਪ ਸੀ, ਇਸੇ ਕਰਕੇ ਗੁਰੂ ਰਾਮਦਾਸ ਮਰਦ ਕਹਿੰਦੇ ਸੀ ਭਾਈ ਇਹ ਖੋਟਾ ਇਹਨੂੰ ਛੇੜੇ। ਜਦ ਤੁਹਾਡੇ ਮਿੱਤਰ ਕੋਲ ਮਾਇਆ ਆਉਣ ਲੱਗ ਗਈ ਤੇ ਪਿੱਛੇ ਹੋ ਜਾਓ, ਕਿਉਂ? ਕਿਉਂਕਿ ਉਹ ਆਪ ਵੀ ਡੁੱਬੂਗਾ, ਤੁਹਾਨੂੰ ਲੈ ਕੇ ਡੁੱਬੂਗਾ। ਉਹਨੇ ਕੋਈ ਐਸਾ ਗਲਤ ਕੰਮ ਕਰ ਦੇਣਾ, ਹੰਕਾਰ ਚਾ ਕੇ, ਨਸ਼ੇ ਦੀ ਮਾਇਆ ਦੇ ਆ ਕੇ, ਜਦ ਉਹਨੇ ਗਲਤ ਕੰਮ ਕਰਨਾ ਤੁਹਾਡੀਆਂ ਤਸਵੀਰਾਂ ਨਾਲ ਹੋਣਗੀਆਂ, ਫੜੇ ਨਹੀਂ ਜਾਂਦੇ। ਕੋਈ ਮਾੜੇ ਕੰਮ ਕਰਨ ਵਾਲਾ ਉਹਦੇ ਨਾਲ ਕਿਸੇ ਲੀਡਰ ਦੀ ਫੋਟੋ ਹੁੰਦੀ, ਲੋਕ ਨੂੰ ਘੜੀਸ ਲੈਂਦੇ, ਕਹਿੰਦੇ ਇਹਦੀ ਵੀ ਫੋਟੋ ਨਾਲ ਹੈ, ਇਹਦੀ ਵੀ ਨਾਲ, ਇਹ ਕੀ ਹੈ? ਜਦ ਜਹਾਜ਼ ਡੁੱਬਦਾ ਭਰ ਕੇ ਡੁੱਬਦਾ। ਤੇ ਉਸ ਵਕਤ ਬੀਬੀ ਭਾਨੀ ਆਖਣ ਲੱਗੇ, ਕਹਿੰਦੇ ਬਾਬਾ ਪ੍ਰਿਥੀ ਚੰਦ ਨੇ ਮਾੜੇ ਕੰਮ ਸ਼ੁਰੂ ਕਰਦੇ, ਠੱਗੀਆਂ ਖੋਰੀਆਂ ਸ਼ੁਰੂ ਕਰਦੇ, ਗੁਰੂ ਘਰ ਚੋਂ ਮਾਇਆ ਇਕੱਠੀ ਕਰਨੀ, ਅੰਦਰ ਰੱਖੀ ਕਰ, ਇਹ ਸੋਚਣਾ ਵੀ ਗੁਰੂ ਮੈਂ ਬਣ ਜਾਣਾ, ਇਹ ਮਾਇਆ ਮੇਰੇ ਕੰਮ ਆਊਗੀ। ਕਹਿੰਦੇ ਉਸ ਮਾਇਆ ਨੇ ਐਸਾ ਸੁਭਾਅ ਬਣਾਇਆ, ਉਹ ਈਰਖਾ ਕਰਨ ਲੱਗ ਗਿਆ। ਈਰਖਾ ਕਦੇ ਗਰੀਬ ਨਹੀਂ ਕਰਦਾ ਹੁੰਦਾ, ਪਰ ਕਦੇ ਵੇਖੀ ਜਦ ਜਿਹਦੇ ਘਰ ਰੋਟੀ ਸਰਦੀ ਵੜਦੀ ਪੱਕਦੀ ਹੋਵੇ ਨਾ, ਉਹ ਈਰਖਾ ਕੀ ਕਰੂ ਕਿਸੇ ਨਾਲ? ਉਹ ਕਹਿੰਦਾ ਸਾਡੀ ਤੇ ਰੋਟੀ ਨਹੀਂ ਪੱਕਦੀ ਘਰੇ, ਕੌਣ ਕਰੂਗਾ? ਜਿਹਦੇ ਕੋਲ ਮਾਇਆ ਬਹੁਤੀ ਹੋਵੇ, ਮਾਇਆ ਦਾ ਨਸ਼ਾ ਹੋਵੇ, ਉਹ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਬਣ ਸਕਦਾ, ਬਣ ਕੇ ਵਿਖਾ। ਜੇ ਕੋਈ ਤੁਹਾਡੀ ਚਾਲੇ ਚੱਲੂਗਾ, ਤੁਸੀਂ ਆਪਣੀ ਐਨਰਜੀ ਉਹਦੇ ਨਾਲ ਹੀ ਖਹਿ ਖਹਿ ਕੇ ਵੇਸਟ ਕਰਦੇ ਫਿਰੋਗੇ, ਇਹਨੂੰ ਅੱਗੇ ਨਹੀਂ ਜਾਣ ਦੇਣਾ, ਇਹਨੂੰ ਤਰੱਕੀ ਨਹੀਂ ਕਰਨ ਦੇਣੀ, ਇਹਦੀ ਮਹਿਮਾ ਨਾ ਹੋ ਜੇ, ਲੋਕ ਇਹਨੂੰ ਜਾਣ ਨਾ ਜਾਣ। ਇਹ ਕੀ ਹੈ? ਮਾਇਆ ਬੰਦੇ ਦਾ ਵਕਤ ਬਰਬਾਦ ਕਰਦੀ ਰਹਿੰਦੀ, ਹੌਲੀ ਹੌਲੀ ਬੰਦੇ ਨੂੰ ਕਰ ਦਿੰਦੀ ਹੈ।
ਹੁਣ ਬਾਬਾ ਪ੍ਰਿਥੀ ਚੰਦ ਨੇ ਜ਼ੋਰ ਲਾ ਲਿਆ ਵੀ ਮੇਰਾ ਭਰਾ ਜੇ ਗੱਦੀ ਤੇ ਬਹਿ ਗਿਆ ਤੇ ਮੈਂ ਕਾਮਯਾਬ ਨਹੀਂ ਹੋਣ ਦੇਣਾ। ਗੁਰੂ ਮੈਂ ਕਹਾਉਣਾ ਏ ਆਗਿਆ ਮੇ ਦੋਨੋਂ ਨਾ ਰਹੇ ਪਿਤਾ ਜਾਣੇ ਉੱਚਤਾ ਕੋ ਚਹੇ। ਬੀਬੀ ਭਾਨੀ ਆਖਣ ਲੱਗੇ ਭਰਾਤਾ ਗੁਰਦਾਸ ਜੀ ਮੇਰੇ ਦੋ ਵੱਡੇ ਪੁੱਤਰ ਆਗਿਆ ਤੋਂ ਬਾਹਰ ਹੋ ਗਏ। ਇੱਕ ਤੇ ਬਾਬਾ ਪ੍ਰਿਥੀ ਚੰਦ ਆਗਿਆ ਤੋਂ ਬਾਅਦ, ਬਾਬਾ ਮਹਾਦੇਵ ਲਾਈ ਲੱਗ ਸੀ ਕਿਉਂਕਿ ਪ੍ਰਿਥੀ ਚੰਦ ਜ਼ੁਬਾਨ ਦਾ ਬਹੁਤ ਮਿੱਠਾ ਸੀ। ਮੈਂ ਕਹਿੰਦਾ ਸੱਚੀ ਗੱਲ ਆ ਜੀ, ਜੇ ਅੱਜ ਪ੍ਰਿਥੀ ਚੰਦ ਹੁੰਦਾ ਅੱਜ ਤੋਂ ਬਾਅਦ ਲੋਕਾਂ ਨੇ ਕਹਿਣਾ ਸੀ ਸਾਡਾ ਤੇ ਗੁਰੂ ਹੀ ਆ। ਲੋਕ ਕੀ ਵੇਖਦੇ ਆ, ਜਿਹੜਾ ਤੁਹਾਨੂੰ ਬਿਠਾ ਕੇ ਤੁਹਾਡੀ ਆਪ ਭਗਤ ਮਿੱਠੇ ਮਿੱਠੇ ਬੋਲ ਬੋਲ ਪਿੱਠ ਪਿੱਛੇ ਬਾਬੇ ਗਾਣਾ ਕੱਢੀ ਮੂੰਹ ਤੇ ਚੱਲ ਜਾਂਦਾ। ਪ੍ਰਿਥੀ ਚੰਦ ਨੇ ਉਹ ਖੁਸ਼ਾਮਦਾ ਸਿੱਖਾਂ ਦੀਆਂ ਵੀ ਕੀਤੀਆਂ ਜਿਹੜੇ ਵੱਡੇ ਵੱਡੇ ਸਿੱਖ ਸੀ, ਨਾਮੀ ਸਿੱਖ ਸੀ, ਪਰ ਉੱਥੇ ਦਾਲ ਨਹੀਂ। ਕਹਿੰਦੇ ਮਹਾਦੇਵ ਉੱਧਰ ਰਲੇ ਹੋਏ ਆ, ਹੁਣ ਬਾਬਾ ਮਹਾਦੇਵ ਵੀ ਪ੍ਰਿਥੀ ਚੰਦ ਜੀ ਨਾਲ ਮਿਲ ਕੇ ਆਪਣੇ ਮਾਤਾ ਜੀ ਨੂੰ ਨਹੀਂ ਬੁਲਾਉਂਦੇ, ਨਹੀਂ ਬੁਲਾ ਰਹੇ, ਕਿਉਂਕਿ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਤਰ੍ਹਾਂ ਸ਼ੇਰ ਦਾ, ਤੇ ਜਦੋਂ ਗੁਰੂ ਰਾਮਦਾਸ ਮਰਦ ਨੇ ਬਾਬਾ ਪ੍ਰਿਥੀ ਚੰਦ ਨੂੰ ਮੱਥੇ ਨਹੀਂ ਲਾਇਆ ਤੇ ਮਾਇਆ ਮਾਤਾ ਜੀ ਨੇ ਵੀ ਉਹਦੇ ਨਾਲ ਸਾਰੇ ਰਿਸ਼ਤੇ ਮੁਕਾ ਲਏ ਵੀ ਤੂੰ ਤਾਂ ਲੱਗਦਾ ਹੀ ਮੇਰਾ ਕੁਛ। ਜਦ ਤੂੰ ਪਿਤਾ ਸਤਿਗੁਰ ਦਾ ਸਤਿਕਾਰ ਨਹੀਂ ਕੀਤਾ, ਗੁਰੂ ਅਮਰਦਾਸ ਪਾਤਸ਼ਾਹ ਦੀ ਬਖਸ਼ੀ ਗੁਰ ਦਾ ਗੱਦੀ ਦਾ ਸਤਿਕਾਰ ਨਹੀਂ ਕੀਤਾ, ਉਹ ਸਾਡਾ ਕੀ ਲੱਗਿਆ। ਹੁਣ ਉਹ ਦੁੱਖ ਦੇ ਵਿੱਚ ਆਇਆ ਪ੍ਰਿਥੀ ਚੰਦ ਮਹਾਦੇਵ ਨੂੰ ਸਾਥੀ ਬਣਾਈ ਫਿਰਦਾ। ਕਹਿੰਦੇ ਗੁਰੂ ਅਰਜਨ ਦੇਵ ਮਰ ਜਾਏ ਇਕੱਲੇ ਨੇ, ਉਧਰ ਦੋ ਭਰਾ ਇੱਕ ਪਾਸੇ ਨੇ। ਇਨਕੇ ਸਮ ਸ੍ਰੀ ਅਰਜਨ ਕਰਤਾ ਲੈ ਕਰ ਜਾਤੇ ਅਪਰ ਕੋ ਗੁਰਤਾ। ਗੁਰਤਾ ਗੱਦੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਆਈ ਹੈ, ਤੁਰ ਦਰਗਾਹ ਤੂੰ ਆਈ, ਅਸੀਂ ਮੰਗਦੇ ਭਾਵੇਂ ਨਾ ਮੰਗਦੇ। ਬੀਬੀ ਭਾਨੀ ਕਹਿੰਦੇ ਇਹ ਆਉਣੀ ਸੀ, ਜਿਹੜੀ ਚੀਜ਼ ਕੁਦਰਤ ਵੱਲੋਂ ਮਿਲਣੀ ਹੁੰਦੀ ਨਾ ਪਰਮਾਤਮਾ ਵੱਲੋਂ, ਉਹ ਹੁੰਦੀ ਬਖਸ਼ਿਸ਼। ਦੇਖੋ ਬਖਸ਼ਿਸ਼ ਤੇ ਮਿਲਣੀ ਸੀ, ਪਰ ਇੱਕ ਬਖਸ਼ਿਸ਼ ਮਿਲਣ ਤੋਂ ਪਹਿਲਾਂ ਮੰਗ ਲਈ, ਜਦ ਮੰਗ ਵਿੱਚ ਰੱਖ ਲਈ ਫਿਰ ਜਾਗਰਣ ਬਣ ਗਿਆ। ਸਤਨਾਮ ਵਾਹਿਗੁਰੂ ਨੇ ਬੜਿਆਂ ਨੂੰ ਧੀ ਪੁੱਤ ਵੀ ਦੇਣਾ ਹੁੰਦਾ, ਚੰਗੀ ਦੌਲਤ ਸ਼ੌਹਰਤ ਦੇਣੀ ਹੁੰਦੀ ਹੈ, ਉਹ ਸੀ ਨੈਚੁਰਲ ਆਉਣਾ ਸੀ ਤੁਹਾਡੇ ਕਰਮਾਂ ਚ, ਪਰ ਤੁਸੀਂ ਬੇਸਬਰੇ ਨਿਕਲੇ, ਪਹਿਲੇ ਮੰਗ ਕੇ ਪੈ ਗਏ। ਕਹਿੰਦੇ ਮਹਾਰਾਜ ਪਰਿਵਾਰ ਸੋਹਣਾ ਨਹੀਂ, ਦੌਲਤ ਵੀ ਦੇ ਦੀ, ਮਾਇਆ ਵੀ ਦੇ ਦੀ। ਦੇਖੋ ਬਖਸ਼ਣੀ ਉਹਨੇ ਸੀ, ਤੁਹਾਡੇ ਕਰਮਾਂ ਚ ਸੀ, ਤੁਹਾਨੂੰ ਭਰੋਸਾ ਨਹੀਂ ਸੀ, ਮੰਗ ਲਿਆ। ਹੁਣ ਮੰਗ ਕੇ ਜਿਹੜੀ ਚੀਜ਼ ਲਈ ਹੈ ਰੋਜ਼ ਹੀ ਡਾਂਗ ਸੁੱਟਦਾ, ਰੋਜ਼ ਹੀ ਕਲੇਸ਼ ਹੈ। ਬੀਬੀ ਭਾਨੀ ਦੀ ਕਹਿੰਦੇ ਗੁਰਗੱਦੀ ਤੇ ਗੁਰੂ ਪਾਤਸ਼ਾਹ ਨੇ ਬਖਸ਼ਣੀ ਸੀ, ਉੱਤੇ ਕਹੇ ਤਾਂ ਥੋੜਾ ਦਿੱਤੀ ਹੈ ਗੁਰੂ ਅਰਜਨ ਦੇ ਪਾਤਸ਼ਾਹ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਪਨ ਦੇ ਵਿੱਚ ਹੀ ਇਹਨਾਂ ਦੇ ਵਚਨ ਕਹਿ ਦਿੱਤੇ ਸੀ, ਦੋਹੇ ਥਾਂ ਬਾਣੀ ਦਾ ਦੋਹੇ ਥਾਂ ਇਹਦੀ ਪਤਾ ਸੀ। ਪਰ ਕਹਿੰਦੇ ਇੱਕ ਖਿਆਲ ਹੀ ਇਹੋ ਜਿਹਾ ਆ ਗਿਆ ਜਿਹਨੇ ਮਨ ਚ ਇਹ ਭਰਮ ਜਿਹਾ ਖੜਾ ਕਰਤਾ ਵੀ ਕਿਤੇ ਗੁਰਤਾ ਗੱਦੀ ਸਾਡੀ ਵੰਸ ਤੋਂ ਬਾਹਰ ਨਾ ਚਲੀ ਗਿਆ। ਕਹਿੰਦੇ ਮੈਂ ਉਸ ਵਕਤ ਨੂੰ ਪਛਤਾ ਰਹੀ ਹਾਂ, ਮੈਨੂੰ ਪਿਤਾ ਗੁਰੂ ਨੇ ਵੀ ਕਿਹਾ ਸੀ ਧੀਏ ਨਾ ਮੰਗੇ, ਦੁਖਦਾਈ ਹੋਵੇਗਾ। ਸੇਵਕ ਕੇ ਵਸਤੁ ਸਦੀਵਾ ਕਰ ਦਾਵਾ ਕੋ ਗੁਰੂ ਨਾਥੀਵਾ। ਇਹ ਵਸਤੂ ਸੀ ਸੇਵਕ ਦੀ, ਇਹ ਦਾਅਵੇ ਕਰਨ ਵਾਲੀ ਵਸਤੂ ਨਹੀਂ ਹੈ ਗੁਰਤਾ ਗੱਦੀ। ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਨੇ ਕਦੇ ਗੁਰੂ ਹੋਣ ਦਾ ਦਾਅਵਾ ਨਹੀਂ ਸੀ ਕੀਤਾ, ਕਦੇ ਰੌਲਾ ਨਹੀਂ ਸੀ ਪਾਇਆ, ਕਦੇ ਸਿਫਾਰਿਸ਼ ਨਹੀਂ ਸੀ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਪਰਖਦੇ ਰਹੇ, ਪਰਖਦੇ ਰਹੇ, ਪਰਖਦੇ ਰਹੇ। ਇੱਕ ਦਿਨ ਪਰਖ ਪਰਖ ਕੇ ਪ੍ਰਸੰਨ ਹੋਏ, ਗੁਰੂ ਅਰਜਨ ਨੂੰ ਆਪਣਾ ਰੂਪ ਬਣਾ ਦਿੱਤਾ। ਦਾਤ ਦੀ ਸਿਵਤਾ ਦੀ ਹੈ, ਇਹਨੂੰ ਹੜੱਪਣ ਨੂੰ ਕਰਦਾ ਜਥੇਦਾਰ। ਬਾਬਾ ਪ੍ਰਿਥੀ ਚੰਦ ਪ੍ਰਬੰਧਕ ਸੀ, ਜਥੇਦਾਰ ਸੀ। ਵੇਖੋ ਜੀ, ਮਾਫ ਕਰਿਓ,
ਨਾਮ ਜਪਣ ਵਾਲੇ ਸਾਧੂ ਹੁੰਦੇ ਆ, ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹੁੰਦੇ ਆ। ਜੇ ਕੋਈ ਸਾਨੂੰ ਪ੍ਰਚਾਰਕਾਂ ਨੂੰ ਕੋਈ ਸੰਤ ਸਮਝੇ, ਕੋਈ ਮਹਾਂਪੁਰਸ਼ ਸਮਝੇ, ਕੋਈ ਗੁਰਮੁਖ ਸਮਝੇ, ਤੇ ਉਹਨਾਂ ਦੀ ਮੂਰਖਤਾ ਹੋ ਸਕਦਾ ਅਵਸਥਾਵਾਂ ਹੋ। ਪ੍ਰਚਾਰ ਕਰਨ ਵਾਲਾ ਕੇਵਲ ਪ੍ਰਚਾਰਕ ਹੈ, ਪ੍ਰਬੰਧ ਸਾਂਭਣ ਵਾਲਾ ਕੇਵਲ ਜਥੇਦਾਰ ਹੈ। ਜ਼ਰੂਰੀ ਨਹੀਂ ਹੁੰਦਾ ਧਾਰਮਿਕ ਥਾਵਾਂ ਦੇ ਪ੍ਰਬੰਧ ਸਾਂਭਣ ਵਾਲੇ ਸਵਰਗਾਂ ਨੂੰ ਜਾਂਦੇ ਆ, 90% ਨਰਕਾਂ ਦੇ ਦਰਵਾਜ਼ੇ ਉਹਨਾਂ ਲਈ ਹੁੰਦੇ ਆ। ਕਿਉਂਕਿ ਬਾਹਰ ਕੀਤੀਆਂ ਗਲਤੀਆਂ ਬੰਦਾ ਰੱਬ ਦੇ ਘਰ ਬਖਸ਼ਾਉਂਦਾ ਹੈ, ਤੇ ਜਿਹਨੇ ਰੱਬ ਦੇ ਘਰ ਰਹਿ ਕੇ ਗਲਤੀਆਂ ਕਰਨੀਆਂ ਉਹਨੂੰ ਫਿਰ ਕੋਈ ਬਖਸ਼ਣ ਵਾਲਾ ਘਰ ਵੀ ਨਹੀਂ ਹੁੰਦਾ। ਹੋ ਸਕਦਾ ਚਾਹੇ ਉਹ ਕੋਈ ਪੀਰਾਂ ਦਾ ਸੇਵਕ ਹੋਵੇ, ਫਕੀਰਾਂ ਦਾ ਸੇਵਕ ਹੋਵੇ, ਸਾਧ ਦਾ ਚੇਲਾ ਹੋਵੇ, ਜੇ ਉਹਨੇ ਗੁਨਾਹ ਕੀਤੇ ਆ ਉਹਨੇ ਬਖਸ਼ਿਆ ਨਹੀਂ ਜਾਣਾ। ਪੜ੍ਹੋ ਰਾਮ ਰਾਏ ਜੀ ਨੂੰ, ਪੜ੍ਹੋ ਧੀਰਵਾਲ ਜੀ ਨੂੰ, ਪੜ੍ਹੋ ਪ੍ਰਿਥੀ ਚੰਦ ਜੀ ਨੂੰ। ਗਏ ਸਵਰਗ ਨੂੰ? ਗਏ ਸੱਚਖੰਡ? ਨਹੀਂ, ਉਹਦੇ ਗੁਰੂ ਪੁੱਤਰ ਵੀ ਸੀ। ਗੁਰੂ ਸਾਹਿਬ ਦੇ ਦਰਸ਼ਨ ਉਹਨਾਂ ਲੱਖਾਂ ਵਾਰ ਕੀਤੇ। ਅਸੀਂ ਜੀ ਕਹਿੰਦੇ ਮਾਤਾ ਦੇ ਦਰਸ਼ਨ ਹੋਏ ਤੇ ਜੀਵਨ ਬਦਲ ਜਾਊਗਾ। ਪ੍ਰਿਥੀ ਚੰਦ ਨੇ ਹਜ਼ਾਰਾਂ ਵਾਰ ਨਾਨੇ ਗੁਰੂ ਦੇ ਦਰਸ਼ਨ ਕੀਤੇ ਹੋਣਗੇ, ਲੱਖਾਂ ਵਾਰ ਪਿਤਾ ਗੁਰੂ ਦੇ ਦੀਦਾਰ ਕੀਤੇ ਹੋਣੇ, ਤੇ ਹਜ਼ਾਰਾਂ ਲੱਖਾਂ ਵਾਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਕੀਤੇ, ਤੇ ਇੱਥੋਂ ਤੱਕ ਛੇਵੇਂ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ, ਮਾਰਨ ਦੀ ਕੋਸ਼ਿਸ਼ ਕੀਤੀ, ਉਹ ਯਾਰ ਮੁਕਤ ਕਿਉਂ ਨਹੀਂ ਹੋਇਆ? ਆਖੋ ਸਤਨਾਮ। ਮਨ ਖਾਂਦੀ ਸੀ, ਮਨ ਛਲੀਆ ਸੀ। ਇਸੇ ਕਰਕੇ ਕਹਿੰਦੇ ਆ ਵੀ ਧਰਮ ਦੀ ਦੁਨੀਆਂ ਤੋਂ ਜਿਹੜੇ ਲੋਕ ਦੂਰ ਹੁੰਦੇ ਆ ਉਹ ਛੇਤੀ ਤਰ ਜਾਂਦੇ ਆ। ਇਹਨੂੰ ਕਹਿੰਦੇ ਦੀਵੇ ਥੱਲੇ ਨੇ ਨਾ। ਕਮਲ ਦੇ ਫੁੱਲ ਦੀ ਜੜ ਵਿੱਚ ਡੱਡੂ ਬੈਠਾ ਹੈ, ਉਹਨੂੰ ਨਹੀਂ ਪਤਾ ਇਹਦੇ ਵਿੱਚ ਖੁਸ਼ਬੂ ਹੈ, ਉਹ ਕੀ ਕਰਦਾ? ਮਰਦ ਨੂੰ ਪੁੱਛੋ, ਗੁਰੂ ਸਾਹਿਬ ਆਪ ਕਹਿੰਦੇ ਆ, ਕਹਿੰਦੇ ਕਮਲ ਕੀ ਸਾਰ ਨਹੀਂ ਬੋਲ ਪਾਈ, ਭੌਰ ਉਸਤਾਦ ਵਿੱਚ ਭਾਖਿਆ ਬੋਲਿਆ। ਕਹਿੰਦੇ ਭੌਰਾ ਉਸਤਾਦ ਬਣ ਕੇ ਆਇਆ, ਦੂਰੋਂ ਆ ਕੇ ਖੁਸ਼ਬੂ ਲੈ ਕੇ ਉੱਡ ਗਿਆ, ਡੱਡੂ ਕੀ ਕਰਦਾ ਏ? ਦਾਦਰ ਤੂੰ ਕਦੇ ਨਾ ਜਾਣ ਸਰੇ, ਭਕਤ ਸਿਵਾਲ ਨਿਰਮਲ ਜਲ ਲਕਸ਼ਮੀ। ਕਹਿੰਦੇ ਤੂੰ ਤੇ ਕਮਲ ਫੁੱਲ ਦੀਆਂ ਜੜਾਂ ਵਿੱਚ ਬਹਿ ਕੇ ਜਾਲੇ ਖਾਈ ਜਾਂਦਾ, ਤੈਨੂੰ ਮਾਣ ਹੈ ਕਮਲ ਦਾ ਫੁੱਲ ਮੇਰਾ, ਪਰ ਖੁਸ਼ਬੂ ਲੈਣ ਵਾਲਾ ਕੋਈ ਹੋਰ ਸੀ। ਆਖੋ ਸਤਨਾਮ। ਬਾਬਾ ਪ੍ਰਿਥੀ ਚੰਦ ਡੱਡੂ ਬਣ ਕੇ ਬੈਠੇ ਰਹੇ ਗੁਰੂ ਘਰ ਦੇ ਵਿੱਚ, ਗੁਰੂ ਅਰਜਨ ਦੇ ਮਹਾਰਾਜ ਲਾਹੌਰ ਤੋਂ ਆਏ, ਸੁਗੰਧ ਰੂਪ ਗੁਰਗੱਦੀ ਪ੍ਰਾਪਤ ਕਰ ਗਏ। ਆਖੋ ਸਤਨਾਮ। ਗੁਰੂ ਹੋ ਗਏ, ਸੇਵਕ ਬਣ ਕੇ ਆਏ ਸੀ, ਪ੍ਰਿਥੀ ਚੰਦ ਜਥੇਦਾਰ ਬਣਿਆ ਫਿਰਦਾ ਸੀ, ਤੇ ਜਥੇਦਾਰੀ ਕਰਕੇ ਪ੍ਰਬੰਧ ਕਰਕੇ ਅੰਦਰ ਹਉਮੈ ਸੀ, ਅੰਦਰ ਹੰਕਾਰ ਸੀ, ਉਹ ਖਾਲੀ ਰਹਿ ਗਿਆ। ਸ੍ਰੀ ਅਰਜਨ ਹਿਤ ਸਾਜਾ ਲਾਖ ਲਈ ਸੋਢੀ ਕੁਲ ਲਾਜਾ। ਗੁਰੂ ਅਰਜਨ ਪਾਤਸ਼ਾਹ ਨੇ ਸੋਢੀ ਕੁਲ ਦੀ ਲਾਜ ਰੱਖੀ, ਕਿਉਂਕਿ ਸੋਢ ਅੰਸ਼ ਦੇ ਪਿਆਰੇ ਸੀ। ਪ੍ਰਿਥੀ ਚੰਦ ਨੂੰ ਨਾਨਕੇ ਪਿੰਡ ਕੋਈ ਪਿਆਰ ਨਹੀਂ ਸੀ ਕਰਦਾ, ਦਾਦਕੇ ਪਿੰਡ ਕੋਈ ਪਿਆਰ ਨਹੀਂ ਸੀ ਕਰਦਾ, ਜਦੋਂ ਵਰਤਣਾ ਹੀ ਨਹੀਂ ਕਿਸੇ ਨਾਲ, ਬੋਲਣਾ ਹੀ ਨਹੀਂ ਕਿਸੇ ਨਾਲ। ਗੁਰੂ ਅਰਜਨ ਦੇ ਮਹਾਰਾਜ ਜਦੋਂ ਗਏ ਆਏ ਸੀ ਨਾ ਤਾਇਆ ਜੀ ਦੇ ਪੁੱਤਰ, ਪਹਿਲੇ ਬਚਨ ਸੀ ਕਹਿੰਦੇ ਸੱਤ ਬਚਨ ਪਿਤਾ ਜੀ ਜ਼ਰੂਰ ਜਾਣਾਂਗੇ। ਉਹ ਤੋਂ ਪਹਿਲਾਂ ਕਿਹਨੂੰ ਕਿਹਾ ਸੀ? ਜੇ ਅੱਜ ਬਾਬਾ ਪ੍ਰਿਥੀ ਚੰਦ ਲਾਂਭੇ ਦਿੰਦਾ ਫਿਰਦਾ, ਜਿੱਦਣ ਪਹਿਲੇ ਦਿਨ ਕਿਹਾ ਸੀ, ਕਹਿੰਦਾ ਮਹਾਰਾਜ ਗੱਲ ਸੁਣੋ, ਮੇਰੇ ਬਿਨਾਂ ਲੰਗਰ ਮਸਤਾਨੇ ਹੋ ਜਾਣਗੇ ਜੀ, ਜੇ ਮੈਂ ਚਲੇ ਗਿਆ ਲੰਗਰ ਨਹੀਂ ਚੱਲਣੇ, ਗੁਰੂ ਘਰ ਦਾ ਪ੍ਰਬੰਧ ਨਾਮਾ ਡੋਲ ਹੋਜੂ, ਮੇਥੋਂ ਨਹੀਂ ਜਾਇਆ ਜਾਣਾ, ਲੈਣ ਦੇਣ ਬਹੁਤ ਵੱਡਾ। ਫਿਰ ਬਾਬਾ ਮਹਾਂਦੇਵ ਜੀ ਨੂੰ ਪੁੱਛਿਆ, ਉਹ ਕਹਿੰਦਾ ਮੈਂ ਉਹ ਚੱਕਰਾਂ ਚ ਬਹਿੰਦੇ ਹੀ ਨਹੀਂ। ਤੀਜੀ ਵਾਰ ਆਈ ਨਾ ਵਾਰੀ ਗੁਰੂ ਅਰਜਨ ਦੇ ਪਾਤਸ਼ਾਹ ਮੰਨਿਆ ਬਦਲ ਕੇ ਨਾ, ਜਿਹੜੇ ਸੇਵਕ ਬਣੇ, ਜਿਹੜੇ ਜਥੇਦਾਰ ਬਣੇ, ਉਹ ਉਦੋਂ ਵੀ ਭਟਕਦੇ ਸੀ, ਭਟਕਦੇ ਰਹੇ। ਮਾਤਾ ਜੀ ਉਹ ਬਚਨ ਦੱਸਦੇ ਆ, ਕਹਿੰਦੇ ਸੇਵਕ ਬਣ ਗੁਰੂ ਅਰਜਨ ਪਾਤਸ਼ਾਹ ਆਪ ਗੁਰੂ ਨਾਨਕ ਹੋ ਗਏ। ਬਾਬਾ ਪ੍ਰਿਥੀ ਚੰਦ ਵੱਡਾ ਪੁੱਤ ਸਾਡਾ
ਹੰਕਾਰ ਦਾ ਮਾਰਿਆ ਰਿਹਾ। ਮੋਰ ਮਨੋਰਥ ਪੂਰਨ ਕੀਨ, ਮਮ ਪਿਤ ਬਚਨ ਸਾਚ ਕਰ ਦੇਨ। ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡਾ ਮਨੋਰਥ ਪੂਰਾ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਗੱਦੀ ਦੇ ਕੇ ਸੋਹਣ ਵੰਸ਼ ਵਿੱਚ ਰੱਖ ਦਿੱਤੀ, ਪਿਤਾ ਗੁਰੂ ਅਮਰਦਾਸ ਜੀ ਦਾ ਬਚਨ ਸੱਚ ਹੋਇਆ। ਕਹਿੰਦੇ ਮੰਗ ਕੇ ਮਿਲ ਤੇ ਸਭ ਕੁਝ ਗਿਆ, ਪਰ ਹੁਣ ਦੁੱਖ ਨਹੀਂ ਜਰਿਆ ਜਾਂਦਾ, ਸਦ ਨਾਮ ਬਹੁਤ ਔਖਾ ਹੋ ਗਿਆ। ਇਹ ਕਹਿ ਕੇ ਨੇਤਰਾਂ ਚ ਅੱਥਰੂ ਆ ਗਏ, ਮੈਨੂੰ ਪਿਤਾ ਗੁਰੂ ਨੇ ਬੜੀ ਵਾਰ ਹੋ ਗਿਆ, ਧੀਏ ਕੁਛ ਹੋਰ ਮੰਗਿਆ, ਸ਼ਾਇਦ ਮੈਂ ਜਿੱਤ ਕੀਤੀ, ਮੈਂ ਬਾਰ ਬਾਰ ਮੰਗਿਆ, ਮੰਗ ਕੇ ਆਹਾ ਕੁਝ ਮਿਲਿਆ। ਧਨ ਧਨ ਲਗ ਸੁਤ ਕੋ ਕੀਓ ਪਰਸੰਨ ਸੇਵ ਕਰ ਪਿਤ ਕੋ। ਪਿਤਾ ਗੁਰੂ ਦੀ ਸੇਵਾ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲ ਗਈ। ਪ੍ਰਿਥੀ ਚੰਦ ਨੇ ਮਾਇਆ ਦੀ ਸੇਵਾ ਕੀਤੀ, ਮਾਇਆ ਮਿਲ ਗਈ, ਉਹ ਦੌਲਤ ਨਾਲ ਪ੍ਰੇਮ ਕਰਦਾ। ਦੌਲਤ ਕਿਹੜਾ, ਉਹਨੇ ਆਪ ਕਮਾਈ ਹੈ। ਦੇਖੋ ਕਿਰਤ ਦੀ ਕਮਾਈ ਬੰਦੇ ਨੂੰ ਕਦੇ ਹੰਕਾਰੀ ਨਹੀਂ ਬਣਾਉਂਦੀ। ਹਰਾਮ ਦਾ ਪੈਸਾ ਹੱਡਾਂ ਚ ਬਹਿ ਜਾਂਦਾ, ਇੱਕ ਰੁਪਈਆ ਵੀ ਕਿਸੇ ਦਾ ਹੋਵੇ ਨਾ ਕਿਸੇ ਦੀ ਕਮਾਈ ਦਾ, ਬੁੱਧੀ ਮਿਸ ਕਰ ਦਿੰਦਾ। ਹੁਣ ਬਾਬਾ ਪ੍ਰਿਥੀ ਚੰਦ ਕਿਹੜਾ ਹਲ ਜੋੜਦਾ ਸੀ, ਕਿਹੜਾ ਗੱਡੇ ਚਲਾਉਂਦਾ ਸੀ, ਜਾਂ ਕਿਹੜੀ ਦੁਕਾਨਦਾਰੀ ਕਰਦਾ ਸੀ? ਜਿੰਨੀ ਭੇਟਾ ਗੁਰੂ ਕੀ ਸੰਗਤ ਲੈ ਕੇ ਆਉਂਦੀ ਸੀ ਉਹ ਸੰਗਤ ਦਾ ਵਰਤਾਵਾ ਸੀ, ਤੇ ਬਾਬਾ ਪ੍ਰਿਥੀ ਚੰਦ ਨੇ ਇਕੱਠਾ ਕਰ ਕਰਕੇ ਅੰਦਰ ਰੱਖ ਲਿਆ। ਹੁਣ ਉਹ ਮਾਇਆ ਉਹਦੀਆਂ ਹੱਡੀਆਂ ਚੋਂ ਵੀ ਬੋਲਦੀ ਹੈ, ਉਹਦੀ ਹੋਮੇ ਚ ਵੀ ਬੋਲਦੀ ਹੈ। ਕੋਈ ਕਹਿੰਦਾ ਸੀ ਨਾ ਸੁਲਹੀ ਖਾਂ ਤੇ ਕਿਹੜੀ ਮਾਇਆ ਲੱਗੀ ਹੈ, ਉਹੀ ਲੱਗੀ ਹੈ। ਮਸੰਦ ਸੀ ਨਾ ਬਾਬਾ ਪ੍ਰਿਥੀ ਚੰਦ ਦੇ ਸਾਥੀ। ਤੇ ਫਿਰ ਇੱਕ ਸਮਾਂ ਆਇਆ, ਇੱਕ ਪਖੰਡੀ ਝੂਠਾ ਸਾਧ ਉਹਨੂੰ ਮਾਫ ਕਰਾਉਣ ਵਾਸਤੇ ਜਿਹੜਾ 90 ਲੱਖ ਰੁਪਇਆ ਲੱਗੇ, ਕਿੱਥੋਂ ਲੱਗਾ ਸੀ? ਗੁਰੂ ਕੀ ਫਤਿਹ ਦਾ, ਗੁਰੂ ਕੀ ਬੋਲ ਦਿੰਦਾ, ਜਿਹੜਾ ਸਿੱਖਾਂ ਨੇ 5-5 ਰੁਪਈਏ ਕਰਕੇ ਚੜਾਇਆ ਗੁਰੂ ਘਰਾਂ ਦੇ ਵਿੱਚ। ਭੁਗਤ ਰਹੇ ਆ ਨਾ ਹੁਣ, ਤੁਹਾਡੇ ਸਾਹਮਣੇ ਆ ਨਾ ਕੀ ਕੁਛ ਬਣਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਤੇ ਯਾਰ ਕੱਖ ਵੀ ਨਹੀਂ ਨਾ, ਉਹ ਕੋਈ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਧਰਮ ਦਾ ਹੋਵੇ, ਸਾਦਾ ਕੀ ਲੱਗਿਆ ਉਹ, ਜਿਹਨੇ ਸਾਡੇ ਪਿਓ ਦੇ ਅੰਗ ਖਿਲਾਫ ਵੀ ਹੋ ਗਏ। ਉਹਦੇ ਚ ਚੁੱਪ ਰਹਿਣ ਵਾਲੇ ਵੀ ਦੋਸ਼ੀ ਆ ਜੀ, ਜਿਹੜੇ ਚੁੱਪ ਸੀ ਉਸ ਵਕਤ ਕੁਰਸੀਆਂ ਮਾਰਦੇ ਆ, ਅੱਜ ਫਿਰਦੇ ਆ ਨਾ ਖਾਕ ਛਾਣਦੇ ਦਰਦਰ, ਕਿਉਂਕਿ ਬਾਬਾ ਪ੍ਰਿਥੀ ਚੰਦ ਨੇ ਵੀ ਗੁਰੂ ਘਰ ਦੀ ਮਾਇਆ ਲੈ ਕੇ ਸੁਲਹੀ ਖਾਂਦੇ ਤਾਈ ਜਦੋਂ ਉਹ ਆਇਆ, ਉਹਦਾ ਜਿੰਨਾ ਪ੍ਰਬੰਧ ਸੀ ਇਹਨੇ ਕੀਤਾ। ਤੇ ਹੁਣ ਉਹ ਮਾਇਆ ਨੇ ਨਸ਼ਾ ਤੇ ਚਾੜਨਾ ਸੀ, ਤੇ ਜਦੋਂ ਨਸ਼ਾ ਚੜੂਗਾ, ਜਿਸ ਰੱਬ ਦੀ ਉਹ ਦਾਤ ਸੀ ਉਸੇ ਰੱਬ ਨਾਲ ਟੱਕਰ ਰਹੂਗਾ। ਲੜਾਈ ਕਾਹਦੀ ਹੋਈ, ਪਵਾੜੇ ਕਾਹਦੇ ਆ ਯਾਰ? ਜਿਹਦੇ ਕੋਲ ਰਹਿਣ ਨੂੰ ਇੱਕ ਘਰ ਆ, ਉਹ ਲੜਦਾ ਥੋੜੀ ਹੈ ਕਿਸੇ ਨਾਲ। ਜਿਹਦੇ ਕੋਲ ਲੋੜ ਤੋਂ ਵੱਧ ਜ਼ਮੀਨ ਆ ਗਈ, 2 ਪੁੱਤ ਹੋ ਗਏ, 2 ਪੋਤੇ ਹੋ ਗਏ, ਯਾਰ ਉਹਦੀ ਅੱਜ ਨੀ ਡਾਂਗ ਡਾਂਗ ਖੜਕੂ, ਕਾਹਨੂੰ ਲੋਕ ਦੇਖਣਗੇ? ਖੜਕਣੀ ਜ਼ਰੂਰ ਹੈ, ਕਿਉਂਕਿ ਜਿੰਨੀ ਜਿੰਨੀ ਮਾਇਆ ਆਈ ਜਾਣੀ, ਉਹਨੇ ਉਹਨੇ ਗੈਪ ਵੱਧਦੇ ਜਾਣੇ। ਮਾਇਆ ਆ ਗਈ, ਪ੍ਰਿਥੀ ਚੰਦ ਨੇ ਇਕੱਲੇ ਨੇ ਜੱਫਾ ਮਾਰ ਲਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਦੇ ਮਾਇਆ ਮੰਗੀ, ਇਸ ਕਰਕੇ ਸ਼ਾਂਤ ਬੈਠੇ ਆ। ਉਹ ਅੱਜ ਵੀ ਦੁੱਖਾਂ ਵਿੱਚ ਦੁਖੀ ਨਹੀਂ, ਪਰ ਮਾਂ ਦਾ ਕਾਲ ਦਾ ਕਰ ਵੀ ਜੇ ਅਸੀਂ ਨਾ ਮੰਗਦੇ ਪ੍ਰਿਥੀ ਚੰਦ ਕੋਲ ਇਹ ਮਾਇਆ ਹੀ ਨਾ ਹੁੰਦੀ, ਉਹ ਹੰਕਾਰ ਦਾ ਹੀ ਨਾ, ਇਹ ਕੁਛ ਕਰਦਾ ਹੀ ਨਾ, ਪਰ ਕਿਤੇ ਜੇ ਆ ਨਾ। ਮਾਇਆ ਜਿਸ ਘਰ ਵਿੱਚ ਆਈ, ਵੱਡੇ ਵੱਡੇ ਰਾਜਿਆਂ ਦੇ ਰਾਜ ਵਧਾਉਂਦੇ, ਇੱਜਤਾਂ ਉਡਾਉਂਦੀਆਂ ਨੇ, ਕੁਛ ਵੀ ਛੱਡਿਆ। ਹੁਣ ਪ੍ਰਿਥੀ ਚੰਦ ਮਾਤਾ ਜੀ ਨਾਲ ਬੋਲਦਾ ਨਹੀਂ, ਕਿਉਂ? ਕਿਉਂਕਿ ਉਹਦੀ ਮਾਂ ਹੁਣ ਮਾਇਆ, ਮਾਂ ਭਾਨੀ ਨੂੰ ਮਾਂ ਨਹੀਂ ਸਮਝਦਾ, ਮੰਨਦਾ ਹੀ ਨਹੀਂ, ਗਏ ਮਿਲਦਾ ਹੀ ਕਦੇ ਨਹੀਂ। ਆਪਣੀ ਪਤਨੀ ਕੋਲ ਬੈਠਦਾ, ਮਾਇਆ ਕਮਾਉਣ ਦੀਆਂ ਗੱਲਾਂ ਕਰਦਾ, ਕਹਿੰਦਾ ਸਾਡੀ ਸੁਲਹੀ ਖਾਨਾ ਬਣਦੀ ਹੈ,
ਤੇ ਗੁਰੂ ਘਰ ਦੇ ਨਾਲ ਉਹ ਨਿੱਤ ਵੈਰ ਕਰਾਈ ਜਾਂਦਾ ਜਿਹਨੂੰ ਬਾਣੀ ਲਿਖਦੀ ਹੈ ਸੰਤਾਂ ਨਾਲ ਵੈਰ ਕਮਾਉਣ ਦੇ ਦੋਸਤਾਂ ਨਾਲ ਮੋਹ ਪਿਆ। ਸੰਤ ਸੀ ਗੁਰੂ ਅਰਜਨ ਦੇ ਪਾਤਸ਼ਾਹ ਵੈਰ ਕਮਾਈ ਫਿਰਦਾ, ਦੁਸ਼ਟ ਸੀ ਸੁਲਹੀ ਖਾਂ ਉਹਦੇ ਨਾਲ ਪਿਆਰ ਪਾਈ ਬੈਠਾ ਏ। ਜਾਨ ਨਾ ਦਏ ਕਾਉ ਗੁਰ ਆਈ ਰਾਖੇ ਆਪਣੇ ਸਦਨ ਟਿਕਾਏ। ਬਚਨ ਕਹਿ ਕੇ ਵਿਰਾਗ ਚ ਆ ਗਏ ਬੀਬੀ ਭਾਨੀ, ਕਹਿੰਦੇ ਗੁਰਤਾ ਗੱਦੀ ਮੈਂ ਘਰ ਰੱਖ ਲਈ ਮੰਗ ਕੇ, ਤੇ ਹੁਣ ਉਹ ਮਾਇਆ ਵੀ ਇਸੇ ਘਰ ਵਿੱਚ ਰਹਿ ਗਈ। ਇਹ ਮਾਇਆ ਦਾ ਹੀ ਨਚਾਉਣਾ ਨੱਚਦੇ ਆ ਸਤਨਾਮ ਭਰਾਵਾ, ਉਹ ਮਾਇਆ ਖੜਾਈ ਜਾਂਦੀ ਹੈ। ਉਹਦੇ ਹਾਲਾਤ ਸਾਡੇ ਆ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਚੋਂ ਪਾਈਦੇ ਆ, ਉਹ ਨਹੀਂ ਵਿਰੋਧ ਕਰਦੇ ਪ੍ਰਤੀ ਚੰਦਾ, ਉਹ ਨਹੀਂ ਕੁਛ ਕਹਿੰਦੇ ਮਾੜਾ, ਕਿਉਂ? ਕਿਉਂਕਿ ਸਤਿਗੁਰੂ ਆਪ ਨਿਰਾਕਾਰ ਨੇ, ਸ਼ਾਂਤ ਸਰੂਪ ਹਨ, ਫਿਰ ਵੀ ਇੱਜ਼ਤ ਕਰਦੇ ਆ। ਪ੍ਰਿਥੀ ਚੰਦ ਵੱਡਾ ਹੈ, ਕਿਉਂ ਕਰਦੇ ਆ? ਸਾਡੀ ਸੋਚ ਕਈ ਵਾਰ ਉੱਥੇ ਨਹੀਂ ਜਾ ਸਕਦੀ। ਅਸੀਂ ਨਾ ਜਦੋਂ ਦੁਨਿਆਵੀ ਪੱਧਰ ਤੇ ਕੋਈ ਸਾਖੀ ਪੜ੍ਹਦੇ ਹਾਂ, ਸਾਡਾ ਮਨ ਕਹਿੰਦਾ ਯਾਰ ਮਹਾਰਾਜ ਤੇ ਆਪ ਪਰਮੇਸ਼ਵਰ ਸੀ, ਉਹਨਾਂ ਪ੍ਰਿਥੀ ਚੰਦ ਨੂੰ ਪੁੱਠਾ ਕਿਉਂ ਨਹੀਂ ਕਰਿਆ? ਕਿਉਂ ਜਰਦੇ ਰਹੇ? ਗੁਰੂ ਤੇ ਆਪ ਸਭ ਕੁਝ ਕਰ ਸਕਦੇ? ਨਹੀਂ, ਪਰਮਾਤਮਾ ਜਾਣਦਾ ਹੈ ਵੀ ਇਹਨਾਂ ਨੇ ਆਪਣੇ ਕਰਮ ਕਰਕੇ ਜਿੱਥੇ ਜਾ ਕੇ ਡੁੱਬਣਾ, ਉੱਥੇ ਨੂੰ ਕੋਈ ਕੱਢ ਕੇ ਨਹੀਂ ਲਿਆ ਸਕਦਾ। ਖੋ ਸਤਨਾਮ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਇਹੀ ਤੇ ਰੱਬ ਹੈ, ਕੁਦਰਤ ਹੈ, ਕੁਦਰਤ ਵੀ ਇਹੀ ਚੀਜ਼ ਹੈ। ਤੁਸੀਂ ਕੁਦਰਤ ਦੇ ਨਾਲ ਜਿੰਨਾ ਮਰਜ਼ੀ ਖਿਲਵਾੜ ਕਰੀ ਚਲੋ, ਪਰ ਜਦੋਂ ਕਰੂਪ ਜਾਂਦੀ ਹੈ ਫਿਰ ਸ਼ਹਿਰਾਂ ਦੇ ਸ਼ਹਿਰ ਲਪੇਟ ਜਾਂਦੀ ਹੈ, ਫਿਰ ਨਹੀਂ ਬਖਸ਼ਦੀ ਕਿਸੇ ਨੂੰ ਚੰਗਾ ਕੋਹਣਾ ਮਾੜਾ ਕੋਲ। ਬਸ ਇਹ ਨਿਜਮ ਉਸ ਵਾਰੀ ਗੁਰੂ ਅਰਜਨ ਦੇ ਮਹਾਰਾਜ, ਕੋਈ ਦਲਿਆਵੀ ਗੁਰੂ ਨਹੀਂ, ਕੋਈ ਦਲਿਆਵੀ ਵਿਅਕਤੀ ਨਹੀਂ ਵੀ ਮਾੜੀ ਜੀ ਗੱਲ ਤੇ ਗੁੱਸੇ ਚ ਆ ਜਾਣਗੇ, ਹਾਂ ਭਾਈ ਤੂੰ ਮੈਨੂੰ ਏਦਾਂ ਕਿਹਾ ਤੇਰਾ ਦਰਖ ਲਵੇ, ਗੁਰੂ ਨਹੀਂ ਕਹਿੰਦੇ। ਦਸਾਂ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਇੱਕ ਚੀਜ਼ ਲੱਭ ਕੇ ਵਿਖਾ ਦਿਓ ਕਿ ਏਦਾਂ ਕੀਤਾ ਹੋਵੇ। ਹਿਊਮਨ ਬੀਂਗ ਅਸੀਂ ਲੋਕ ਕਰਦੇ ਹਾਂ, ਸਾਡੇ ਨਾਲ ਕੋਈ ਮਾੜਾ ਕਰੂਗਾ ਅਸੀਂ ਸਾਰੀ ਜ਼ਿੰਦਗੀ ਬਣਾਉਂਦੇ, ਕੋਈ ਸਾਡਾ ਬੁਰਾ ਕਰੂ ਸੀ ਕਹਿੰਦਾ ਅੱਜ ਤੇਰਾ ਮੈਂ ਛੱਡਣਾ ਕੱਖ ਨਹੀਂ, ਇਹੀ ਤੇ ਚੀਜ਼ ਹੈ। ਜੇ ਗੁਰੂ ਆਪ ਲੋਕਾਂ ਵਰਗੇ ਹੋ ਗਏ, ਗੁਰੂ ਬਦਲੇ ਲੈਣ ਲੱਗ ਪਏ, ਗੁਰੂ ਸ਼ਰਾਪ ਦੇਣ ਲੱਗ ਗਏ, ਫਿਰ ਗੁਰੂ ਗੁਰੂ ਕਾਹਦੇ ਨੇ ਆਖੋ ਸਤਨਾਮ, ਫਿਰ ਪਰਮੇਸ਼ਰ ਕਾਹਦੇ ਆ ਜੀ। ਮਾਤਾ ਜੀ ਉਹ ਜ਼ਿਕਰ ਕਰਦੇ ਆ ਵੀ ਗੁਰੂ ਅਰਜਨ ਦੇ ਮਹਾਰਾਜ ਇੰਨੇ ਠੰਡੇ ਸੁਭਾਅ ਦੇ, ਜੇ ਉਹਨਾਂ ਨੂੰ ਜਾ ਕੇ ਕਹੀ ਦਾ ਵੀ ਹੈ ਨਾ ਵੀ ਸੱਚੇ ਪਾਤਸ਼ਾਹ ਪ੍ਰਿਥੀ ਚੰਦ ਵਿਰੋਧ ਕਰਦਾ, ਕਹਿੰਦੇ ਮਾਤਾ ਜੀ ਕੋਈ ਗੱਲ ਨਹੀਂ ਕਰ ਲੈਣ ਦੋ, ਫਿਰ ਕੀ ਉਹਨੂੰ ਜੋ ਚੰਗਾ ਲੱਗਦਾ ਉਹਨੂੰ ਵਧੀਆ ਲੱਗਦਾ ਉਹ ਕਰੀ ਜਾਂਦਾ ਏ। ਅਬ ਚਿੱਤ ਸ਼ਾਂਤ ਬੈਠੇ ਰਹੇ ਉਦਮ ਕਰੇ ਨਹਿ ਸੁਣੇ ਨਾ ਕਹੇ। ਸੁਣਦੇ ਭਰਾਤਾ ਗੁਰੂ ਅਰਜਨ ਦੇਵ ਚੁੱਪ ਕਰ ਬੈਠੇ ਨੇ, ਬਾਬਾ ਪ੍ਰਿਥੀ ਚੰਦ ਨੇ ਹੜਦੁੰਗ ਮਚਾਇਆ ਹੋਇਆ। ਜਦ ਕੋਈ ਗੱਲ ਸਿੱਖ ਕਰਦੇ ਆ ਸਤਿਗੁਰੂ ਕਹਿ ਦਿੰਦੇ ਕੋਈ ਨੀ ਭਾਈ ਨਿਰੰਕਾਰ, ਕਹਿੰਦੇ ਨਿਰੰਕਾਰ ਤੇ ਵੇਖ ਹੀ ਰਿਹਾ, ਪਰ ਹੁਣ ਹਾਲਾਤ ਸਾਡੇ ਇੱਦਾਂ ਦੇ ਬਣ ਗਏ ਕਈ ਕਈ ਦਿਨ ਘਰ ਰੋਟੀ ਨੀ ਪੱਕਦੀ। ਆਖੋ ਸਤਨਾਮ, ਜੇ ਗੁਰੂ ਅਰਜਨ ਦੇ ਮਰਜ ਚਾਹੁਣ ਪ੍ਰਿਥੀ ਚੰਦ ਚੀਜ਼ ਕੀ ਹੈ? ਇੱਕ ਹੁਕਮ ਲਿਖ ਦੇਣ ਸਿੱਖਾਂ ਨੂੰ ਵੀ ਭਾਈ ਬਾਬਾ ਪ੍ਰਿਥੀ ਚੰਦ ਦੇ ਨੇੜੇ ਆਉਣ ਵਾਲਾ ਸਿੱਖ ਸਿੱਖ ਨਹੀਂ ਹੈ, ਹੁਕਮਨਾਮਾ ਜਾਰੀ ਕਰ ਦੇਣ, ਕਿੱਡੀ ਕੁ ਗੱਲ ਹੈ ਉਦੋਂ ਪ੍ਰਿਥੀ ਚੰਦ। ਪਰ ਅਸੀਂ ਨਾ ਜਿਹੜੇ ਸੰਸਾਰੀ ਲੋਕ ਹਾਂ, ਅਸੀਂ ਗੁਰੂ ਦੀ ਕਰਨੀ ਪੜ੍ਹ ਕੇ ਇਹੀ ਹੁੰਦਾ ਡੋਲਣਾ। ਹੁਣ ਜਦੋਂ ਆਪਾਂ ਕਈ ਵਾਰ ਜੇਕਰ ਮੈਂ ਪੜ੍ਹਿਆ ਤੂੰ ਸੁਣਿਆ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੇ ਸਮਰੱਥ ਸੀ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੀਹਾਂ 'ਚ ਖੜ ਕੇ ਇੱਕ ਬਚਨ ਕਹਿ ਦਿੰਦੇ, ਇਹੀ ਤੇ ਮੌਤ ਸੀ, ਇਹੀ ਤੇ ਵਿਖਾਉਣਾ ਸੀ ਉਹਨਾਂ ਦੇ ਕਰਕੇ ਵੀ ਭਾਈ ਜੋ ਅਕਾਲ ਦੀ ਰਜਾ ਹੈ ਉਹਨੂੰ ਟਾਲਣਾ ਨਹੀਂ, ਅਸੀਂ ਉਹਦੀ ਰਜਾ ਵਿੱਚ ਖੁਸ਼ ਹਾਂ, ਅਸੀਂ ਦੁਨੀਆਂ ਦੇ ਦੁੱਖਾਂ 'ਚ ਦੁਖੀ ਨਹੀਂ ਹੋ ਸਕਦੇ, ਕੋਈ ਕਰ ਨਹੀਂ ਸਕਦਾ, ਸਦ ਲਾਓ, ਇਹੀ ਤੇ ਆਨੰਦ ਹੈ। ਉਹ ਥੋੜਾ ਆਨੰਦ ਆ ਲੋਕਾਂ ਨੂੰ ਕਹੀ ਚਲੋ, ਸਾਨੂੰ ਫਰਕ ਨਹੀਂ ਪੈਂਦਾ, ਕਿਸੇ ਨੇ ਪੈਰ ਤੇ ਪੈਰ ਰੱਖਦਾ ਚੀਕ ਨਿਕਲ ਗਈ ਹਾਏ ਓਏ, ਮੇਰੀ ਗੱਲ ਤੂੰ ਦੂਜੇ ਨੂੰ ਕੋਈ ਭਾਣਾ ਪਾਉਂਦਾ ਆਪਣੀ ਵਾਰ ਚੀਕਾਂ ਨਿਕਲ ਗਈ, ਗੁਰੂ ਸਮਰੱਥ ਨੇ
ਜੇ ਗੁਰੂ ਕਲਗੀ ਧਰ ਮਹਾਰਾਜ ਚਾਹੁੰਦੇ ਜੋ ਤਸਦੀਕ ਕਿਸੇ ਦੀ ਕੋਈ ਅਨੰਦਪੁਰ ਨੂੰ ਘੇਰਾ ਪਾ ਦਿੰਦਾ, ਸਤਿਗੁਰ ਚਾਹੁੰਦੇ ਨਾ ਛੱਡਦੇ ਕਿਹਾ, ਪਤਾ ਤੇ ਸੀ ਨਾ ਮਰ ਕਿਹਾ ਸੀ ਨਾ ਮਾਤਾ ਜੀ ਨੇ ਵੀ ਮਾਤਾ ਜੀ ਇਹ ਜਿੰਨਾ ਮਰਜ਼ੀ ਸੋਹਾਂ ਕਸਮਾਂ ਖਾਈ ਜਾਣ ਤੇ ਇਤਬਾਰ ਵੀ ਨਹੀਂ ਨਾ ਹਮਲਾ ਕਰਨਾ ਹੈ, ਫਿਰ ਵੀ ਛੱਡਿਆ ਸਭ ਕੁਝ ਜਾਣਦੇ ਹੋਏ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੋਣੀ ਨੇ ਕਰਤੇ ਨੇ ਐਸਾ ਲਿਖਿਆ ਜੋ ਉਹਦਾ ਲਿਖਿਆ ਉਹਨੂੰ ਕਰਨਾ ਤੇ ਮੰਨਣਾ ਹੀ ਸਿੱਖ ਦਾ ਧਰਮ ਹੈ, ਕੱਲ ਦਾ ਧਰਮ ਹੈ। ਦੁਨੀਆ ਪਤਾ ਨੀ ਕਿਹੜੀਆਂ ਅਰਦਾਸਾਂ ਕਰਾਉਂਦੀ ਫਿਰਦੀ, ਬਾਬਾ ਜੀ ਦੁੱਖ ਦੱਕ ਦਿਓ ਜੀ ਕਿਹਦੇ ਘਰੇ ਜਾਊ ਫਿਰ ਦੁੱਖ ਬਈ ਤੂੰ, ਜੇ ਤੇਰਾ ਕੱਟਿਆ ਜਾਊ ਧੀ ਪੁੱਤ ਤੇ ਆ ਜਾਊਗਾ, ਜਾਂ ਰਹਿਣਾ ਤੇ ਤੇਰੇ ਕਰਮਾਂ ਦਾ ਹੀ ਹੈ ਨਾ, ਕਰਮਾਂ ਤੋਂ ਬਾਹਰ ਥੋੜ੍ਹੀ ਹੋਜੂਗਾ। ਬੰਦਾ ਸੋਚਦਾ ਸ਼ਾਇਦ ਪਾਠ ਕਰਕੇ ਧਾਰਮਿਕ ਥਾਂ ਤੇ ਜਾ ਕੇ ਮੇਰਾ ਦੁੱਖ ਬਾਬਾ ਜੀ ਅਰਦਾਸ ਕਰਕੇ ਕਿਸੇ ਹੋਰ ਦੇ ਨਾਲ ਪਾ ਦਿਓ ਜੀ, ਕੋਈ ਆਉਂਦਾ ਜਾਂਦਾ ਹੋਵੇ ਉਹਦੇ ਪਾ ਦਿਓ, ਕਿਹਦੇ ਪਾਊ ਬਈ, ਕਿ ਬਾਬਾ ਲੈ ਸਕਦਾ ਗ੍ਰੰਥੀ ਪਾਠੀ ਆਪਣੇ ਸਿਰ ਲੈ ਸਕਦਾ, ਨਹੀਂ। ਤੁਹਾਡੇ ਦੁੱਖ ਤੁਹਾਨੂੰ ਹੀ ਸਹਿਣੇ ਪੈਣਗੇ, ਗੁਰੂ ਗੁਰੂ ਜਪ ਕੇ ਗੁਰੂ ਸਮਰੱਥਾ ਬਖਸ਼ਦੇ ਆ ਵੀ ਦੁੱਖਾਂ ਵਿੱਚ ਵੀ ਡੋਲਣਾ ਨਹੀਂ ਆਖੋ ਸਤਨਾਮ, ਜੇ ਦੁੱਖ ਆਇਆ ਇਹ ਵੀ ਕੱਟਿਆ ਜਾਊਗਾ, ਬਾਣੀ ਤੇ ਸਮਝਾਉਂਦੀ ਹੈ। ਪਰ ਦੁਨੀਆਂ ਨੇ ਸਮਝਾਇਆ ਕੁਛ ਹੋਰ ਹੈ, ਜੋ ਦੂਜੇ ਧਰਮ ਕਰੀ ਜਾਂਦੇ ਆ ਨਾ, ਤੇਰਾ ਦੁੱਖ ਕੱਟ ਦਾਂਗੇ ਫਲਾਣਾ ਮੰਤਰ ਜਪ ਲਾ ਸਾਡੇ ਤੇ ਵੀ ਚਲੀ ਜਾਂਦਾ, ਫਿਰ ਉਹਨਾਂ ਤੇ ਸਾਡੇ ਤੇ ਕੀ ਫਰਕ ਹੈ, ਸਿੱਖ ਵੱਖਰੇ ਕਿਵੇਂ ਨੇ, ਗੁਰਬਾਣੀ ਵੱਖਰੀ ਕਿਵੇਂ ਹੈ, ਦੱਸੋ ਤੇ ਸਹੀ। ਗੁਰਬਾਣੀ ਨੇ ਤੇ ਸਾਨੂੰ ਦੁੱਖ ਸੁੱਖ ਝੱਲਣਾ ਤੇ ਜਰਨਾ ਸਿਖਾਇਆ, ਦਸਵੇਂ ਪਾਤਸ਼ਾਹ ਨੇ ਦੁੱਖ ਝੱਲ ਕੇ ਵਿਖਾਏ, ਨਾਵੇਂ ਪਾਤਸ਼ਾਹ ਨੇ ਝੱਲ ਕੇ ਵਿਖਾਏ, ਗੁਰੂ ਅਰਜਨ ਦੇਵ ਤੱਤੀਆਂ ਤਲੀਆਂ ਤੇ ਬਹਿ ਗਏ ਉਹ ਵੀ ਕਹਿ ਦਿੰਦੇ ਕਿਸੇ ਸਿੱਖ ਨੂੰ, ਚਲੋ ਆਪ ਸਮਰੱਥ ਨੇ ਨਾ, ਕਹਿ ਦਿੰਦੇ ਬਾਬਾ ਬੁੱਢਾ ਜੀ ਅਰਦਾਸ ਕਰੋ ਹੁਣ ਤੱਤੀ ਤਵੀ ਤੇ ਆਪਾਂ ਨੀ ਬਹਿਣਾ ਇਹ ਢਲ ਜੇਗਾ ਉਹਨਾਂ, ਕਿ ਗੁਰੂ ਕਿੰਨੀ ਸਮਰੱਥਾ ਨਹੀਂ ਸੀ, ਇੰਨੀ ਸ਼ਕਤੀ ਨਹੀਂ ਸੀ ਗੁਰੂ ਚ, ਉਹ ਗੁਰੂ ਸਰਬਦਾ ਸਮਰੱਥ, ਉਹਨਾਂ ਨੇ ਹਰ ਇੱਕ ਆਏ ਦੁੱਖ ਨੂੰ ਖਿੜੇ ਮੱਥੇ ਪ੍ਰਵਾਨ ਕਰ ਵੀ ਉਹਦਾ ਸ਼ੁਕਰ ਕੀਤਾ, ਸਤਨਾਮ ਉਹਦੀ ਰਜਾ ਨੂੰ ਮੰਨ ਕੇ ਵਿਖਾਇਆ। ਇਹ ਆ ਹੁਕਮ, ਗੁਰੂ ਆਪਣੇ ਹੁਕਮ ਚ ਰਹਿੰਦੇ ਆ, ਗੁਰੂ ਅਰਜਨ ਦੇ ਮਹਾਰਾਜ ਨਾਲ ਉਲਾਂਭਾ ਮਾਤਾ ਜੀ ਕਰਦੇ ਆ, ਵੀ ਸਿੱਖ ਵੀ ਕਈ ਵਾਰ ਗਏ ਮਰਦ ਕੋਲ ਵੀ ਸਤਿਗੁਰੂ ਜੀ ਇਹਨਾਂ ਹਾਲਾਤਾਂ ਦੇ ਕਾਰਨ ਬਾਬਾ ਪ੍ਰਿਥੀ ਚੰਦ ਨੇ ਜੇ ਹੁਕਮ ਕਰੋ ਤੇ ਸੋਧਾ ਲਾ ਦੀਏ, ਤੂੰ ਕਾਰਵਾਈ ਪਾ ਦੀਏ, ਸਤਿਗੁਰੂ ਹਰ ਵਾਰ ਰੋਕਦੇ ਕਹਿੰਦੇ ਨਹੀਂ ਕੁਛ ਨਹੀਂ, ਕਿੰਨਾ ਵੱਡਾ ਠਰਮਾ ਹੈ, ਕਿੰਨੀ ਸਹਿਣਸ਼ੀਲਤਾ ਹੈ। ਸੋ ਮਮ ਸੁੱਤ ਦੋਨੋ ਬੋ ਫਿਰ ਕੈ ਸੰਗਤ ਤੇ ਲੇਵੈ ਧਨ ਹਿਰ ਕੈ, ਕਹਿੰਦੇ ਇਹ ਵੇਖੋ ਗੁਰੂ ਅਰਜਨ ਤਖਤ ਤੇ ਬੈਠੇ ਰਹਿੰਦੇ ਆ, ਪਿਆਰ ਚ ਸਿੱਖਾਂ ਨਾਲ ਵਚਨ ਕਰਦੇ ਆ, ਬਾਬਾ ਪ੍ਰਿਥੀ ਚੰਦ ਮਹਾਦੇਵ ਗਲੀ ਗਲੀ ਫਿਰਦੇ, ਜਿੱਥੇ ਨਵੀਂ ਸੰਗਤ ਆਉਂਦੀ ਉੱਥੇ ਪਹੁੰਚ ਜਾਂਦੇ ਵੀ ਗੁਰੂ ਤੇ ਅਸੀਂ ਹਾਂ ਲਿਆਓ। ਕਹਿੰਦੇ ਜੇ ਕੋਈ ਪਿਆਰ ਨਾਲ ਨਹੀਂ ਸੀ ਦਿੰਦਾ ਫਿਰ ਉਹਨਾਂ ਗੁੰਡੇ ਰੱਖੇ ਹੋਏ ਸੀ, ਬੋਲੋ ਮਾਰੋ ਤਾਂਗਾ ਜਲੋ ਠੀਕ, ਹੱਥ ਜੋੜੀ ਫਿਰਦੇ ਸੀ, ਉਹ ਸੋਚ ਲੈਂਦੇ ਸੀ, ਕਹਿੰਦੇ ਚੱਲ ਜੇ ਪ੍ਰਿਥੀ ਚੰਦ ਨੇ ਵੀ ਰੱਖ ਲਈ ਜਾਣੀ ਤੇ ਮਹਾਰਾਜ ਦੇ ਘਰੇ ਆ, ਇੱਕ ਜਿਹੜੀ ਆਹ ਗੱਲ ਆ ਨਾ ਇਹ ਲੈ ਬਹਿੰਦੀ ਹੁੰਦਾ, ਕੋਈ ਗੱਲ ਹੋਵੇ ਮੈਂ ਕਹਿੰਦਾ ਜੇ ਧਾਰਮਿਕ ਥਾਂ ਤੇ ਕੋਈ ਠੱਗ ਬੈਠਾ ਬੰਦਾ ਉੱਥੇ ਵੀ ਕਹਿੰਦਾ ਚੱਲ ਜੇ ਠੱਗੀ ਮਾਰ ਲਈ ਫੇਰ ਕੀ ਆ, ਮਹਾਰਾਜ ਦਾ ਘਰ ਵੀ ਸੀ ਮੰਦਰ ਵੀ ਸੀ ਗਿਰਜਾ ਤਾਂ ਨਹੀਂ ਸੀ। ਤੁਸੀਂ ਇਹ ਵੇਖੋ ਤੁਹਾਡੀ ਸੇਵਾ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਕੋਈ ਪਾਪ ਕਰਮ ਤਾਂ ਨਹੀਂ ਕਰਦਾ, ਤੁਸੀਂ ਮਾਇਆ ਚੜ੍ਹਾਈ ਕੋਈ ਸ਼ਰਾਬ ਦੇ ਨਹੀਂ ਦਿੰਦਾ, ਕੋਈ ਮਾਸ ਤੇ ਨਹੀਂ ਖਾ ਰਿਹਾ ਬੈਠਾ ਉਹਦੇ ਨਾਲ, ਕਰਨਾ ਦੇ ਸੀ ਉਹ ਆਪਾਂ ਨੂੰ ਕੋਈ ਲੜਾ ਮਹਾਰਾਜ ਦੇਖੂਗਾ ਵੀ ਤੂੰ ਤੇ ਇੱਥੇ ਪੂੜੀਆਂ ਛੋਲੇ ਖਾਣੀਆਂ ਚੜ੍ਹ ਤੇ ਤੂੰ ਆ ਸਰ। ਅੱਜ ਸਮਾਜ ਦੇ ਹਾਲਾਤ ਹੀ ਹੈ, ਮਹਾਰਾਜ ਦੇਖੂਗਾ ਕੋਈ ਗੱਲ, ਉਹ ਦੇਖਣ ਵਾਲੇ ਨੇ ਸਭ ਕੁਝ ਦੇਖਣਾ ਹੈ, ਤੇ ਜੇ ਇਹੀ ਗੱਲ ਹੁੰਦੀ ਤੇ ਗੁਰੂ ਕਲਗੀ ਧਰ ਮਾਰਗ ਨੂੰ ਪੰਥ ਨਾ ਸਾਜਣਾ ਪੈਂਦਾ, ਉਹ ਕਹਿੰਦੇ ਕੋਈ ਨੀ ਭਾਈ ਆਪੇ ਰੱਬ ਦੇਖ ਲੂ ਕੀ ਲੋੜ ਪਈ ਹੈ,
ਜਦ ਜਦ ਕਿਸੇ ਨੇ ਜ਼ੁਲਮ ਕੀਤਾ ਤੇ ਗੁਰੂ ਸਾਹਿਬ ਨੇ ਫਿਰ ਉਹ ਜ਼ੁਲਮ ਨੂੰ ਠੱਲਿਆ, ਖਾਲਸਾ ਪੰਥ ਅੱਗੇ ਹੋ ਕੇ ਖੜੇ ਹੈ ਤੇ ਲੜਦਾ ਰਹੇ। ਸੱਪ ਬਾਜ ਤੇ ਸਾਧ ਵੈਰ ਨਹੀਂ ਛੱਡਦੇ, ਅੱਖ ਸਤਨਾਮ ਗੁਰੂ ਨੇ ਸਾਨੂੰ ਸੱਪ ਬਣਾਇਆ ਹੋਇਆ, ਤੁਸੀਂ ਉਹਨੂੰ ਸੱਪ ਸੰਤ ਸ਼ੇਰ ਬਣਾਇਆ, ਸ਼ੇਰ ਦੀਆਂ ਸੀ ਸੱਪ ਦੀਆਂ ਮਰਦ ਨੇ ਕੀ ਆਖਿਆ ਸਿੱਖਾਂ ਨੂੰ, ਸਿੱਖਾਂ ਦੇ ਬੱਚਿਆਂ ਨੂੰ ਹਮੇਸ਼ਾ ਭੁਜੰਗ ਕਹਿੰਦੇ ਆ, ਭੁਜੰਗੀ ਸਿੰਘ ਸਿੰਘ ਸ਼ੇਰ ਭੁਜੰਗੀ ਸੱਪ ਪੜ੍ਹਦੇ ਹੋ ਨਾ ਜਾਪ ਸਾਹਿਬ, ਭੁਜੰਗ ਪ੍ਰਿਆਦ ਸ਼ਬਦ, ਸੱਪ ਕਦੇ ਵੈਰ ਨਹੀਂ ਭੁੱਲਦਾ, ਕਦੇ ਨਹੀਂ ਭੁੱਲਦਾ ਤੇ ਸ਼ੇਰ ਵੀ ਕਦੇ ਵੈਰ ਨਹੀਂ ਭੁੱਲਦਾ, ਕੁਲਾਂ ਦਾ ਯਾਦ ਰੱਖ। ਗੁਰੂ ਕਲਗੀਧਰ ਜੀ ਨੇ ਸਾਨੂੰ ਸੁਭਾਅ ਦਿੱਤੇ ਸੱਪਾਂ ਵਾਲੇ ਤੇ ਸ਼ੇਰਾਂ ਵਾਲੇ। ਖਾਲਸਾ ਜੀ ਜੇ ਕੋਈ ਜ਼ੁਲਮ ਦੀ ਇਮਤਿਹਾਨ ਕਰਦਾ ਹੈ, ਚਾਹੇ ਉਹਦੇ ਦਾਦਿਆਂ ਨੇ ਵੀ ਕੀਤਾ ਤੇ ਪੋਤੇ ਵੀ ਵਰਗਾਦੇ ਆ, ਸਤਨਾਮ ਇਹ ਹੋਇਆ ਹੁੰਦਾ ਰਿਹਾ ਜੀ। ਜਦ ਜਦ ਕਿਸੇ ਨੇ ਜ਼ੁਲਮ ਕੀਤਾ ਖਾਲਸੇ ਨੇ ਨਹੀਂ ਬਖਸ਼ੀ, ਇਸ ਬਾਅਦ ਪਰ ਇਸ ਵਕਤ ਤੱਕ ਬੜੀ ਸ਼ਾਂਤੀ ਦੇ ਲਹਿਜੇ ਵਿੱਚ ਮਰੇ ਸਨ। ਬਾਬਾ ਪ੍ਰਿਥੀ ਚੰਦ ਜਾਂਦੇ ਆ ਸਿੱਖ ਸੰਗਤਾਂ ਨੂੰ ਲੁੱਟ ਲੈਂਦੇ, ਜਿੰਨੀ ਮਾਇਆ ਹੋਣੀ ਸੀ ਉਹਨਾਂ ਇੱਧਰ ਬੰਦ ਕਰਤੀ, ਉੱਧਰ ਇਕੱਠੀ ਕਰਨ ਲੱਗੇ, ਆਪਣਾ ਦਰਬਾਰ ਲਾਈ ਬੈਠਾ ਸੀ। ਹੁਣ ਜਦ ਕਾਰ ਭੇਟਾ ਮਾਇਆ ਪਦਾਰਥ ਇੱਥੇ ਕੁਛ ਵੀ ਨਹੀਂ ਹੋਣਾ, ਉਹਨਾਂ ਲੰਗਰ ਵੱਡੇ ਵੱਡੇ ਲਾਉਣਗੇ, ਲਾ ਕੇ 36 ਪ੍ਰਕਾਰ ਦੇ ਭੋਜਨ ਵੀ ਲੋਕ ਇੱਧਰ ਆਉਣਗੇ ਤੇ ਅਸਲ ਘਰ ਵਿੱਚ ਸੰਗਤ ਪਹੁੰਚਣੋਂ ਹਟਗੀ। ਤੇ ਜਿਹੜੇ ਸਿੱਖ ਆਉਂਦੇ ਸੀ ਉਹਨਾਂ ਕੋਲ ਭੇਟਾ ਨਹੀਂ ਸੀ ਹੁੰਦੀ, ਇੱਥੇ ਲੰਗਰ ਸੰਗਤ ਵਾਸਤੇ ਤੇ ਚੱਲ ਰਿਹਾ, ਪਰਿਵਾਰ ਸੁੱਕੀਆਂ ਰੋਟੀਆਂ ਖਾ ਰਿਹਾ, ਸਤਨਾਮ ਇਹੀ ਤੇ ਕਿਹਾ ਭਾਈ ਗੁਰਦਾਸ ਜੀ ਵੀ ਸੰਗਤ ਤੇ ਪ੍ਰਸ਼ਾਦਾ ਵਧੀਆ ਛਕਦੀ ਆ, ਗੁਰੂ ਸਾਹਿਬ ਆਪ ਤੇ ਗੁਰੂ ਕਾ ਪਰਿਵਾਰ ਤੇ ਸੁੱਕੀ ਰੋਟੀ ਖਾ ਰਹੇ ਆ, ਸਾਡੀ ਪ੍ਰਾਹੁਣਚਾਰੀ ਕਿੱਥੇ ਆ ਗਈ। ਬੀਬੀ ਭਾਨੀ ਜੀ ਕਹਿੰਦੇ ਜਿੰਨੀ ਕੁ ਕਾਰ ਭੇਟ ਆਉਂਦੀ ਉਹ ਸੰਗਤ ਤੇ ਲਾ ਦਿੰਦੇ ਆ, ਉੱਧਰ ਪ੍ਰਸ਼ਾਦਾ ਵਧੀਆ ਬਣਦਾ ਜਿੰਨਾ ਕੁ ਛੱਕ ਦਿੰਦੇ ਆ। ਕਹਿੰਦੇ ਜੇ ਰੁੱਖੀ ਮਿੱਸੀ ਬਚਦੀ ਹੈ ਅਸੀਂ ਪਕਾ ਕੇ ਉਹ ਵੀ ਸਿੱਖਾਂ ਨੂੰ ਛਕਾਉਂਦੇ ਹਾਂ। ਨਿਜ ਨਰ ਪਠੇ ਸੰਗਤਾਂ ਘੇਰੇ ਕਰੇ ਜਤਨ ਜਬ ਆਵਤ ਹੇਰੇ। ਕੁਛ ਕੁ ਦਿਨਾਂ ਵਿੱਚ ਹੀ ਬਾਬਾ ਪ੍ਰਿਥੀ ਚੰਦ ਨੇ ਆਪਣੇ ਬੰਦੇ ਗੰਢਣੇ ਸ਼ੁਰੂ ਕੀਤੇ। ਵੇਖੋ ਬੰਦੇ ਇਕੱਠੇ ਕਰਨੇ ਕੋਈ ਵੱਡੀ ਗੱਲ ਨਹੀਂ, ਜਿੱਧਰ ਮਾਇਆ ਜਮਾਨਾ ਉੱਧਰ ਹੀ ਬਣ ਜਾਂਦਾ। ਕਹਿੰਦੇ ਜੀ ਬੜੇ ਆ ਕੇ ਚੋਲੇ ਪਾਗੇ ਫਿਰਦੇ ਆਉਂਦੀਆਂ ਸੰਗਤਾਂ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਪਿਆਰ ਨਾਲ ਵੀ ਲੁੱਟਦੇ ਆ, ਜ਼ੋਰ ਨਾਲ ਵੀ ਲੁੱਟਦੇ ਆ। ਜਿਹੜੇ ਤੇ ਸਿੱਖਾਂ ਨੇ ਪਿਆਰ ਨਾਲ ਮਾਇਆ ਮੋਇਆ ਦਿੱਤੀ, ਮਸੰਦ ਸਿੱਖ ਜਿਹੜੇ ਉਹ ਲੈ ਗਏ ਹੋ ਤੁਸੀਂ ਦੱਸੋ, ਕੋਈ 5 ਲੱਖ ਲੈ ਕੇ ਆਇਆ, ਕੋਈ 2 ਲੱਖ ਲੈ ਕੇ ਆਇਆ, ਮਸੰਦ ਕਾਬੂ ਕਰ ਲਏ ਇਹਨਾਂ ਨੂੰ ਜਿਹਦੇ ਨਾਲ, ਇਹਨਾਂ ਨੂੰ ਦੱਸਣਾ। ਕਈ ਤੇ ਪਿਆਰ ਨਾਲ ਦੇਈ ਜਾਂਦੇ ਆ, ਸੋਚ ਲੈਂਦੇ ਚੱਲ ਗੁਰੂ ਘਰ ਹੀ ਇੱਕੋ ਗੱਲ ਹੈ, ਇੱਕ ਗੱਲ ਨਹੀਂ ਸੀ। ਪ੍ਰਿਥੀ ਚੰਦ ਦਾ ਘਰ ਹੋਰ ਹੈ, ਗੁਰੂ ਨਾਨਕ ਦਾ ਘਰ ਹੋਰ ਹੈ। ਕਹਿੰਦੇ ਉਹ ਮਾਇਆ ਉੱਧਰ ਜਾਣ ਲੱਗ ਪਈ, ਉੱਧਰ ਬੱਲੇ ਬੱਲੇ ਹੋਣ ਲੱਗ ਗਈ, ਇੱਧਰ ਮਾਇਆ ਬੰਦ ਹੋ ਗਈ, ਪਦਾਰਥ ਬੰਦ ਹੋ ਗਏ, ਜਿੰਨੀਆਂ ਰਸਦਾਂ ਪਈਆਂ ਲੱਗ ਰਹੀਆਂ, ਹੁਣ ਇੱਥੇ ਰੋਟੀ ਤੋਂ ਮੁਤਾਜ਼ਗੀ ਬਣ ਗਈ। ਐਸੇ ਹਾਲਾਤ ਵੀ ਗੁਰੂ ਸਾਹਿਬ ਆਪ ਛੋਲਿਆਂ ਦੀ ਰੋਟੀ ਛੱਕ ਰਹੇ, ਭਾਈ ਗੁਰਦਾਸ ਸਾਹਿਬ ਛੱਕ ਰਹੇ ਆ, ਕਦੇ ਲੂਣ ਲਾ ਕੇ ਛੱਕ ਲੈਂਦੇ, ਕਈ ਵਾਰ ਪਾਣੀ ਪੀ ਕੇ ਸੌ ਜਾਂਦੇ ਆ। ਮਤਲਬ ਜਿੰਨੀ ਸੰਗਤ ਸੀ ਉਹ ਸਾਰੀ ਕੈਪਚਰ ਕਰ ਲਈ ਪ੍ਰਿਥੀ ਚੰਦ ਨਾਲ ਰਲ ਗਏ ਮਹਾਂਦੇਵ। ਹੁਣ ਬਾਬਾ ਮਹਾਂਦੇਵ ਜੀ ਦਾ ਰਲਣਾ ਇਹ ਸਿੱਧ ਕਰਦਾ ਸੀ ਵੀ ਗੁਰੂ ਪ੍ਰਿਥੀ ਚੰਦ ਨੇ ਤਾਂ ਹੀ ਛੋਟੇ ਭਰਾ ਰਲ ਲਏ, ਵੀ ਗੁਰੂ ਅਰਜਨ ਦੇ ਮਰਦ ਨੂੰ ਕਹਿੰਦੇ ਸੀ ਵੀ ਸਿੱਧੇ ਸੁਭਾਅ ਦੇ। ਵੇਖੋ ਪ੍ਰਿਥੀ ਚੰਦ ਇਹ ਵੀ ਪ੍ਰਚਾਰ ਕਰਦਾ ਸੀ ਵੀ ਭਰਾ ਮੇਰਾ ਛੋਟਾ ਗੁਰੂ ਬਣ ਕੇ ਐਵੇਂ ਬਹਿ ਗਿਆ ਸਿੱਖਾਂ ਪਿੱਛੇ ਲੱਗ ਕੇ, ਬਾਬਾ ਬੁੱਢਾ ਜੀ ਪਿੱਛੇ ਲੱਗ ਕੇ, ਉਹ ਬੜੇ ਸਿੱਧੇ ਸੁਭਾਅ ਦਾ, ਉਹਨੂੰ ਕੀ ਪਤਾ ਗੁਰੂ ਕੀ ਹੁੰਦਾ। ਇਹ ਸਾਰੀਆਂ ਗੱਲਾਂ ਮਰਦ ਕੋਲ ਆਉਂਦੀਆਂ ਸੀ ਪਰ ਕਦੇ ਗੁਰੂ ਅਰਜਨ ਦੇ ਮਰਦ ਨੇ ਜਵਾਬ ਨਹੀਂ ਸੀ ਕੋਈ ਦਿੱਤਾ, ਬੁਰਾ ਸ਼ਬਦ ਨਾ ਬੋਲਿਆ। ਬੜੇ ਪੁੱਤਰ ਹਮ ਗੁਰ ਅਬ ਭਏ, ਇਮ ਕੈ ਸਰਬ ਦਰਬ ਨਿਤ ਲਏ। ਮਾਤਾ ਜੀ
ਬਰਾ ਕਰਕੇ ਆਖਣ ਲੱਗੇ, ਕਹਿੰਦੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਸਾਰੀ ਮਾਇਆ ਹੜੱਪ ਲੈਂਦੇ ਆ, ਸੰਗਤਾਂ ਚ ਗੁਰੂ ਕਹਾਉਣ ਲੱਗ ਗਿਆ। ਵੇਖੋ ਜੀ, ਝੂਠ ਆ ਨਾ ਜਿਹੜਾ ਸੱਚ ਨਾਲੋਂ ਛੇਤੀ ਖੜਦਾ। ਤੁਸੀਂ ਪਖੰਡ ਕਰਨ ਲੱਗ ਜਾਓ, ਝੂਠ ਬੋਲਣ ਲੱਗ ਜਾਓ, ਲੈ ਦੋ ਦਿਨਾਂ 'ਚ ਤੁਹਾਡੇ ਕੋਲ ਲੋਕਾਂ ਦਾ ਤਰਕ ਹੋਣਾ ਜ਼ਰੂਰ ਹੈ। ਸੱਚੀ ਗੱਲ ਕਰੀ ਚਲੋ, ਤੁਹਾਡੇ ਆਪਣੇ ਵੀ ਇਤਬਾਰ ਨਹੀਂ ਕਰਦੇ। ਚਾਰ ਕੁ ਦਿਨਾਂ ਵਿੱਚ ਬਾਬਾ ਪ੍ਰਿਥੀ ਚੰਦ ਨੇ ਐਸਾ ਮੇਲਾ ਜੋੜ ਲਿਆ, ਕਿਉਂਕਿ ਸੁਲਹੀ ਥਾਂ ਆ ਕੇ ਗਿਆ, ਲੋਕਾਂ 'ਚ ਬੱਲੇ ਬੱਲੇ ਹੋ ਗਈ, ਚਮਚੇ ਚਾਟੜੇ ਸੇਵਕ ਇੰਨੇ ਕੁ ਇਕੱਠੇ ਹੋ ਗਏ ਵੀ ਅੰਮ੍ਰਿਤਸਰ ਵਿੱਚ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਗਿਆ। ਗੁਰੂ ਕਹਾ ਰਿਹਾ ਪਰ ਗੁਰੂ ਹੈ ਨਹੀਂ। ਜਿਵੇਂ ਅੱਜ ਕੱਲ੍ਹ ਡੇਰੇ ਭਰੇ ਪਏ ਆ ਨਾ, ਤੁਸੀਂ ਪੰਜਾਬ ਦੇ ਕਿਸੇ ਡੇਰੇ ਚਲੇ ਜਾਓ, ਮੈਂ ਕਹਿੰਦਾ ਜੀ ਲਵਾ ਸਹੀ ਪਏ। ਸ਼ਾਮ ਵੇਲੇ ਚਲੇ ਜਾਓ, ਚੌਂਕੀਆਂ ਲੱਗੀਆਂ, ਪਿੰਡਾਂ 'ਚ ਬੁਰੇ ਬੁਰੇ ਹਾਲ, ਟੈਂਪੂ ਭਰੇ, ਟਰਾਲੀਆਂ ਭਰੀਆਂ, ਲੋਕ ਵਿਹਲੇ ਨੇ, ਦੁਖੀ ਇੰਨੇ ਜ਼ਿਆਦਾ। ਸ਼ਾਇਦ ਆਹ ਬਾਬਾ ਠੀਕ ਕਰ ਦੂਗਾ, ਉਹ ਬਾਬਾ ਠੀਕ ਕਰ ਦੂ, ਕੋਈ ਨਿੰਮ ਵਾਲਾ ਬਾਬਾ, ਕੋਈ ਕਰੋਲੀ ਵਾਲਾ ਬਾਬਾ, ਕੋਈ ਕਿਤੇ ਵਾਲਾ, ਕੋਈ ਕਿਤੇ ਵਾਲਾ, ਪਤਾ ਹੀ ਨਹੀਂ ਲੱਗਦਾ। ਨਵੇਂ ਜੇ ਆਉਂਦੇ ਆ, ਮੀਡੀਆ 'ਚ ਫੇਰ ਗਿਆ, ਕਰੋੜਾਂ ਕਮਾਇਆ ਅਤੇ ਬਾਬੇ ਆਪ ਫਰਾਰੀਆਂ ਲਈ ਫਿਰਦੇ ਆ, ਅਤੇ ਸੰਗਤਾਂ 'ਚ ਬਹਿ ਕੇ ਲੋਕਾਂ ਨੂੰ ਦੱਸੀ ਜਾਂਦੇ, ਕਹਿੰਦੇ ਮਾਇਆ ਤੋਂ ਵਜੋਂ ਭਾਈ ਜਾਣੀ ਗਈ ਹੈ। ਇਹ ਗੱਲਾਂ ਕਹਿਣ ਵਾਲੇ ਅਤੇ ਆਪ ਦੀਵਾਨ ਦੇ ਦਾਦਾ ਸਲੱਖ ਲੈਂਦੇ ਆ, 3-3 ਕਰੋੜ ਦੀਆਂ ਗੱਡੀਆਂ ਚਾਹੁੰਦੇ ਆ, ਸੇਵਕਾਂ ਨੂੰ ਕਹਿੰਦੇ ਕੋਈ ਨਹੀਂ ਖਾਈ, ਚਲੋ ਛਿੰਦਰ ਕੋਈ ਛਿੰਦਰ ਨਹੀਂ। ਬਾਬਾ ਪ੍ਰਿਥੀ ਚੰਦ ਨੇ ਆਪਣੇ ਆ ਮਸੰਦਾਂ ਨੂੰ ਘੋੜੇ ਦੇਣੇ ਸ਼ੁਰੂ ਕਰਦੇ। ਜਦ ਜਿਹਨੂੰ ਇੱਕ ਘੋੜਾ ਮਿਲ ਗਿਆ, ਉਹਨਾਂ ਸਮਿਆਂ ਦੀ ਫਰਾਰੀ ਹੈ, ਉਹ ਕਹਿੰਦਾ ਵੀ ਮੈਂ 500-400 ਬੰਦਾ ਤੇ ਪੱਕਾ ਜੋੜ ਲੈਂਦੀਆਂ, ਉਤਵਾ ਹੋਰ ਵੱਡਾ ਹੋ, ਕੀਤੀ ਹੋਰ ਲੱਗੂਗੀ। ਬਾਬਾ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਵਿੱਚ ਐਸੇ ਹਾਲਾਤ ਬਣਾ ਲਏ, ਇਹ ਕਹਿੰਦੇ ਵੀ ਝੂਠ ਦਾ ਪਸਾਰਾ ਹੋ ਗਿਆ, ਸੱਚ ਕਿਤੇ ਨਜ਼ਰ ਨਹੀਂ ਆਉਂਦਾ। ਜਿਹਨੂੰ ਬਾਣੀ ਨੇ ਲਿਖਿਆ, ਪੂਰ ਅਮਾਵਸ ਸੱਤ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਗੁਰੂ ਅਰਜਨ ਅੰਮ੍ਰਿਤਸਰ ਵਿੱਚ ਗੁਰੂ ਬਣ ਕੇ ਬਹਿ ਗਿਆ ਪੰਜ ਬਾਬਾ ਪ੍ਰਿਥੀ ਚੰਦ। ਕਦੇ ਸੁਣਿਆ ਸੀ ਬਾਬਾ ਪ੍ਰਿਥੀ ਚੰਦ ਇੰਨਾ ਕੁਛ ਕਰੀ ਬੈਠਾ? ਪਹਿਲਾਂ ਸੁਣਦੇ ਆ ਵੀ ਉਹ ਮਹਾਰਾਜ ਦੇ ਵਿਰੁੱਧ ਸੀਗੀ, ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਤਾ ਜੀ, ਫਿਰ ਉਹਨੇ ਆਹ ਕਰਤਾ, ਫਿਰ ਉਹ ਕਰਤਾ, ਕੋਈ ਅਸਲ ਗੱਲਾਂ ਇਤਿਹਾਸ ਦੀਆਂ ਇਹ ਨਹੀਂ। ਪਿਤਾ ਗੁਰੂ ਨੇ ਪਹਿਲਾਂ ਹੀ ਕਿਉਂ ਉਹਨੂੰ ਪਾਸੇ ਕਰਤਾ ਸੀ। ਇਹ ਪ੍ਰਸੰਗ ਜਿਵੇਂ ਚੱਲਣਗੇ ਚੱਲਦੇ ਅੱਜ ਆਨੰਦ ਮਾਣਦੇ ਜਾਵਾਂਗੇ। ਸਮਾਪਤ ਹੈ। ਵਾਹਿਗੁਰੂ ਵਾਹਿਗੁਰੂ।